ਪੰਜਾਬੀ ਰੇਡੀਓ USA ਸੁਣ ਰਹੇ ਸਰ ਰਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਵੱਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮੈਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 4 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਘਰਾਂ ਦੀ, ਕਾਰਾਂ ਦੀ, ਲਾਈਫ ਇੰਸ਼ੋਰੈਂਸ, ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ। ਨੰਬਰ 408-272-2500, ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ ਕਲੋਵਿਸ, ਅਮਰਜੀਤ ਸਿੰਘ, ਸਟੋਕਟਨ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂ, ਸਤਨਾਮ ਸਿੰਘ, ਜੁਬਰ ਸਿਟੀ, ਗੁਰਮੀਤ ਸਿੰਘ ਗਿੱਲ, ਕਲੋਵਿਸ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਬੀਸਲਾ ਪਰਿਵਾਰ, ਫਰੈਜ਼ਨੋ, ਬੁੱਲਾ ਸਿੰਘ ਰਾਣਾ, ਯੂਬਰ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀਗਰ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਗੁਰਚਰਨ ਸਿੰਘ ਜੀ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਘਰ ਬਾਰੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਕੱਲ੍ਹ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਕੈਂਡੀਡੇਟਸ ਹੈਗੇ ਆ, ਉਹਨਾਂ ਦੀ ਪ੍ਰਾਇਮਰੀ ਦੀ ਇਲੈਕਸ਼ਨ ਸ਼ੁਰੂਆਤ ਹੋਈ ਸੀ ਆਇਓਵਾ ਸਟੇਟ ਦੇ ਵਿੱਚੋਂ, ਵੀ ਕਿਹੜਾ ਕੈਂਡੀਡੇਟ ਅੱਗੇ ਜਾਊਗਾ। ਸੋ ਉਸ ਨੂੰ ਲੈ ਕੇ ਜਿਹੜਾ ਆ ਕਾਫੀ ਭੰਬਲ ਭੂਸਾ ਬਣਿਆ ਹੋਇਆ। ਉੱਥੇ ਰਿਜ਼ਲਟ ਕਲੀਅਰ ਹੋਣੇ ਸੀ, ਫਿਰ ਉਹਨਾਂ ਨੇ ਕਿਹਾ ਆ ਵੀ ਜਿਹੜੀ ਐਪ ਤਿਆਰ ਕੀਤੀ ਗਈ ਸੀ ਉਹਦੇ ਵਿੱਚ ਕੁਛ ਗਲਤੀਆਂ ਸੀਗੀਆਂ, ਇਸ ਕਰਕੇ ਰਾਤੀਂ ਜਿਹੜੇ ਆ ਉਹ ਰਿਜ਼ਲਟ ਡਿਕਲੇਅਰ ਨਹੀਂ ਕੀਤੇ ਗਏ। ਕਹਿੰਦੇ ਵੀ ਅੱਜ ਹੋ ਸਕਦਾ ਆ ਵੀ ਰਿਜ਼ਲਟ ਡਿਕਲੇਅਰ ਕੀਤੇ ਜਾਣ, ਕਿਹੜਾ ਕੈਂਡੀਡੇਟ ਅੱਗੇ ਆਇਆ। ਸੋ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਉਹ ਆਪਣੇ ਆਪ ਨੂੰ ਵਿਨਰ ਜਿਹੜੇ ਆਲਰੇਡੀ ਦੱਸ ਰਹੇ ਹੈਗੇ। ਬਰਨੀ ਸੈਂਡਰਸ ਨੇ ਵੀ, ਪੀਟ ਬਟਜੇਜ਼ ਨੇ ਵੀ, ਅਤੇ ਐਲਿਜ਼ਾਬੈਥ ਵੈਰਨ ਨੇ ਵੀ ਆਪਣੇ ਆਪ ਨੂੰ ਜਿਹੜਾ ਵਿਨਰ ਉੱਥੇ ਡਿਕਲੇਅਰ ਕੀਤਾ ਹੈਗਾ। ਸੋ ਆਇਓਵਾ ਜਿਹੜਾ ਕੌਕਸ ਆ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਬੈਲਟ 'ਤੇ ਜਾ ਕੇ ਜਿੱਦਾਂ ਆਪਾਂ ਵੋਟਾਂ ਪਾਉਂਦੇ ਹਾਂ ਉਹਦੇ ਨਾਲ ਥੋੜ੍ਹਾ ਡਿਫਰੈਂਟ ਹੈਗਾ। ਇਹ ਜਦੋਂ ਹਿਲਰੀ ਕਲਿੰਟਨ ਵੀ ਖੜ੍ਹੀ ਹੋਈ ਸੀ ਪ੍ਰੈਜੀਡੈਂਟ ਬਰਾਕ ਓਬਾਮਾ ਦੇ ਉਲਟ, ਉਸ ਟਾਈਮ ਦੇ ਉੱਤੇ ਵੀ ਉਸਨੇ ਕਿਹਾ ਸੀ ਵੀ ਇਹ ਜਿਹੜਾ ਆ ਸਿਸਟਮ ਸਹੀ ਨਹੀਂ ਹੈਗਾ, ਕਿਉਂਕਿ ਉਸ ਟਾਈਮ ਦੇ ਉੱਤੇ ਉਹ ਉਹਨਾਂ ਤੋਂ ਹਾਰੀ ਸੀ। ਸੋ ਜਿੱਥੇ ਲੱਗਦਾ ਸੀ ਵੀ ਕੋਈ ਨਾ ਕੋਈ ਜਿਹੜੀ ਡੈਮੋਕ੍ਰੇਟਿਕ ਪਾਰਟੀ ਪੂਰੀ ਤਰ੍ਹਾਂ ਯੂਨਾਈਟ ਹੋ ਕੇ ਅੱਗੇ ਆਪਣਾ ਕੋਈ ਕੈਂਡੀਡੇਟ ਲੈ ਕੇ ਆਊਗੀ, ਸੋ ਉਹ ਹੁਣ ਲੱਗਦਾ ਹੈ ਵੀ ਸਾਰੇ ਇੱਕ ਦੂਜੇ ਨੂੰ ਜਿਹੜਾ ਬਲੇਮ ਦੇਈ ਜਾਂਦੇ ਹੈਗੇ। ਹਰ ਪ੍ਰਾਇਮਰੀ ਦੇ ਵਿੱਚ, ਹਰ ਜਿਹੜੀ ਪਾਰਟੀ ਦੇ ਵਿੱਚ ਇੱਦਾਂ ਹੀ ਜਿਹੜਾ ਦੇਖਣ ਨੂੰ ਮਿਲਦਾ, ਹਰ ਕੋਈ ਕਹਿੰਦਾ ਵੀ ਮੈਂ ਹੀ ਜਿਹੜਾ ਉਹ ਅੱਗੇ ਹਾਂ। ਉੱਥੇ ਰਿਪਬਲਿਕਨ ਪਾਰਟੀ ਦੀ ਵੀ ਪ੍ਰਾਇਮਰੀ ਜਿਹੜੀ ਆ ਕੌਕਸ ਜਿਹੜੀ ਉਹ ਨਾਲ ਹੀ ਹੋਈ ਸੀ, ਜਿਸ ਦੇ ਵਿੱਚ ਡੋਨਲਡ ਟਰੰਪ ਆ ਉਹਨਾਂ ਨੂੰ ਜਿਹੜਾ ਵਿਨਰ ਉੱਥੇ ਘੋਸ਼ਿਤ ਕਰ ਦਿੱਤਾ ਗਿਆ ਆ। ਸੋ ਡੈਮੋਕ੍ਰੇਟ ਪਾਰਟੀ ਦਾ ਮਸਲਾ ਇਹ ਜਿਹੜਾ ਇਸ ਦੇ ਵਿੱਚ ਬਣਿਆ, ਨਵੀਂ ਐਪ ਜਿਹੜੀ ਉੱਥੇ ਉਹਨਾਂ ਨੇ ਤਿਆਰ ਕੀਤੀ ਸੀ, ਪਹਿਲੀ ਦੀ ਐਪ ਦੇ ਜ਼ਰੀਏ ਕਹਿੰਦੇ ਆ ਇਹਨਾਂ ਨੇ ਜਿਹੜੀ ਕਾਊਂਟਿੰਗ ਜਾਂ ਕੌਕਸਿੰਗ ਜਿਹੜੀ ਆ ਉਹ ਕਰਨੀ ਸੀਗੀ, ਪਰ ਉਹ ਐਪ ਦੇ ਵਿੱਚ ਹੀ ਜਿਹੜੀ ਆ ਖਰਾਬ ਕੋਡ ਦੇ ਕਰਕੇ ਜਿਹੜੀ ਸਮੱਸਿਆ ਆਈ ਆ। ਹੁਣ ਇਹ ਨਹੀਂ ਸਮਝ ਆਉਂਦੀ ਵੀ ਡੈਮੋਕ੍ਰੇਟ ਪਾਰਟੀ ਵਾਲੇ ਆਨੇ ਕੀ ਇਸ ਦੀ ਪਹਿਲਾਂ ਟੈਸਟਿੰਗ ਨਹੀਂ ਕੀਤੀ, ਸਿੱਧੀ ਜਿੱਦਾਂ ਫੀਲਡ ਦੇ ਵਿੱਚ ਉਹ ਐਪ ਜਿਹੜੀ ਉਹ ਤਿਆਰ ਕਰਕੇ ਜਿਹੜੀ ਉਹ ਲਾ ਦਿੱਤੀ। ਇੱਕ ਪਾਸੇ ਇਹ ਜਿਹੜੀ ਇਲੈਕਸ਼ਨ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਉਹ ਰੌਲਾ ਪਾਉਂਦੇ ਰਹਿੰਦੇ ਆ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੈਕ ਹੋਣ ਦਾ ਖਤਰਾ ਰਹਿੰਦਾ ਆ, ਅਤੇ ਖੁਦ ਆਪ ਜਿਹੜੇ ਨਾਲ ਦੇ ਨਾਲ ਇਸ ਜਿਹੜੀ ਆ ਐਪ ਦਾ ਜਿਹੜਾ ਸਹਾਰਾ ਲੈ ਕੇ ਖੁਦ ਕੌਕਸ ਕਰ ਰਹੇ ਆ। ਹੁਣ ਬਹੁਤ ਸਾਰੇ ਲੋਕ ਜਿਹੜੇ ਕ੍ਰਿਟਿਕ ਹੈਗੇ ਨੇ ਇਹਨਾਂ ਦੇ, ਜਿਹੜੇ ਆਲੋਚਕ ਹੈਗੇ ਨੇ, ਉਹ ਕਹਿ ਰਹੇ ਆ ਵੀ ਲੱਗਦਾ ਅਜੇ ਫਿਕਸ ਨਹੀਂ ਹੋਇਆ ਇਹਨਾਂ ਨੇ ਇਹਨਾਂ ਦੇ ਕੋਲੋਂ ਵੀ ਕਿਹਨੂੰ ਜਿਹੜਾ ਉਹ ਜਿਤਾਉਣਾ ਆ, ਜਿਸ ਕਰਕੇ ਜਿਹੜਾ ਅੰਦਰ ਖਾਤੇ ਆ ਜੇ ਇਹ ਭੰਬਲ ਭੂਸਾ ਜਿਹੜਾ ਉਹ ਬਣਾਈ ਬੈਠੇ ਆ। ਪੀਟ ਬਟੀਕ ਜਿਹੜਾ ਆ ਉਹਨੇ ਵੀ ਆਪਣੇ ਆਪ ਨੂੰ ਜਿਹੜਾ ਜੇਤੂ ਆ ਉਹ ਘੋਸ਼ਿਤ ਕਰ ਦਿੱਤਾ, ਪਰ ਕਹਿੰਦੇ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਆਧਾਰ ਦੇ ਉੱਤੇ ਇੱਕ ਦੂਜੇ ਨੂੰ ਜਿਹੜਾ ਉਹ ਜੇਤੂ ਜਿਹੜਾ ਉਹ ਘੋਸ਼ਿਤ ਜਿਹੜੇ ਉਹ ਕਰੀ ਜਾ ਰਹੇ ਨੇ। ਸੋ ਅਲੱਗ ਜਿਹੜਾ ਇਹ ਰਿਹਾ ਆ ਪੋਲਿੰਗ ਤੋਂ, ਹਰਜੋਤ ਸਿੰਘ ਜੀ, ਜਿਹੜੀਆਂ ਆ ਰਹੀਆਂ ਜਿਹੜੀਆਂ ਐਕਚੁਅਲ ਰਿਜ਼ਲਟ ਨਹੀਂ, ਜਿਹੜੇ ਕਿਆਸ ਰਾਈਆਂ ਜਿਹੜੀਆਂ ਸੀਗੀਆਂ ਇਸ ਤੋਂ ਪਹਿਲਾਂ, ਉਹਦੇ ਵਿੱਚ ਬਰਨੀ ਸੈਂਡਰ ਦੇ ਜਿੱਤਣ ਦੇ ਜਿਹੜੇ ਆਸਾਰ ਜਿਹੜੇ ਉਹ ਸੀਗੇ, ਨਜ਼ਰਾਂ ਜਿਹੜੀਆਂ ਸਾਰਿਆਂ ਦੀਆਂ ਜੋ ਬਾਇਡਨ ਦੇ ਉੱਤੇ ਵੀ ਲੱਗੀਆਂ ਪਈਆਂ ਨੇ ਵੀ ਉਹ 99 ਕੁ ਨੰਬਰ 'ਤੇ ਜਿਹੜਾ ਉਹ ਆਊਗਾ, ਕਿ 3-4 ਨੰਬਰ 'ਤੇ ਜਿਹੜਾ ਉਹ ਆਊਗਾ। ਕਹਿੰਦੇ ਪਹਿਲੀ ਵਾਰੀ ਫਸਟ, ਸੈਕਿੰਡ ਅਤੇ ਥਰਡ ਪ੍ਰੈਫਰੈਂਸ ਦੇ ਹਿਸਾਬ ਦੇ ਨਾਲ ਵੀ ਜਿਹੜੀ ਇੱਥੇ ਵੋਟਿੰਗ ਉਹ ਹੋਈ ਆ। ਸੋ ਫਸਟ ਅਲਾਈਨਮੈਂਟ, ਸੈਕਿੰਡ ਅਲਾਈਨਮੈਂਟ, ਥਰਡ ਅਲਾਈਨਮੈਂਟ, ਸੋਰੀ, ਜਿਹੜੀ ਇਸ ਹਿਸਾਬ ਦੇ ਨਾਲ ਜਿਹੜੀ ਆ ਉਹ ਇੱਥੇ ਵੋਟਿੰਗ ਹੋਈ ਆ।
ਸੋ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੋਊਗਾ। ਹਜ਼ਾਰਾਂ ਹੀ ਥਾਵਾਂ ਦੇ ਉੱਤੇ ਜਿਹੜੇ ਪੂਰੇ ਆਇਓਵਾ ਦੇ ਵਿੱਚ ਕਾਕਸ ਜਿਹੜੇ ਆ ਉਹ ਹੋਏ ਸੀ। ਐਮੀ ਕਲਬਚਰ ਜਿਹੜੀ ਹੈਗੀ ਆ ਉਹ ਵੀ ਆਪਣੇ ਆਪ ਨੂੰ ਆਧਾਰ ਜਿਹੜਾ ਆ ਜਾਂ ਆਪਣਾ ਮੋਮੈਂਟਮ ਆ ਉਹ ਤੇਜ਼ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਵੀ ਜਦੋਂ ਐਪ ਦੇ ਜ਼ਰੀਏ ਉਹ ਰਿਜ਼ਲਟ ਨਹੀਂ ਸੀ ਦੇ ਪਾ ਰਹੇ ਅਤੇ ਲੋਕਾਂ ਨੇ ਫੋਟੋਆਂ ਖਿੱਚ ਕੇ ਜਿਹੜੇ ਕਾਕਸ ਦੇ ਜਿਹੜੇ ਰਿਜ਼ਲਟ ਆ ਉਹ ਇੱਕ ਦੂਜੇ ਨੂੰ ਉਹਨਾਂ ਨੇ ਮੇਨ ਬੰਦਿਆਂ ਨੂੰ ਘੱਲੀਆਂ, ਜਿਸ ਦੀਆਂ ਕੁਛ ਕੁ ਤਸਵੀਰਾਂ ਮੀਡੀਆ ਦੇ ਵਿੱਚ ਵੀ ਜਿਹੜੀ ਉਹ ਆਈਆਂ ਆ। ਇੱਕ ਥਾਂ ਦੇ ਉੱਤੇ ਜਿਹੜੇ ਕਾਕਸ ਦੇ ਵਿੱਚ ਫਸਟ ਅਲਾਈਨਮੈਂਟ ਦੇ ਵਿੱਚ ਐਮੀ ਕਲਬਚਰ ਜਿਹੜੀ ਹੈਗੀ ਆ ਉਸ ਨੇ ਸਭ ਤੋਂ ਜ਼ਿਆਦਾ ਪੁਆਇੰਟ ਜਿਹੜੇ ਉਸ ਦੇ ਵਿੱਚ ਹਾਸਲ ਕੀਤੇ ਸੀਗੇ। ਸੋ ਦੂਜੇ ਨੰਬਰ 'ਤੇ ਜਿਹੜਾ ਉਸ ਦੇ ਵਿੱਚ ਜੋ ਬਾਇਡਨ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ, ਬਰਨੀ ਸੈਂਡਰ ਉੱਥੇ ਤੀਜੇ ਚੌਥੇ ਦੇ ਉੱਤੇ ਸੀਗਾ, ਦੂਜੇ ਤੀਜੇ ਦੇ ਉੱਤੇ ਜਿਹੜਾ ਪੀਟ ਬੁਟੀਕ ਵੀ ਜਿਹੜਾ ਉਹ ਅੱਗੇ ਆ ਰਿਹਾ ਸੀਗਾ। ਸੋ ਇਹ ਦੇਖਣ ਵਾਲੀ ਹੁਣ ਗੱਲ ਰਹਿਣੀ ਆ ਵੀ ਆਇਓਵਾ ਦੇ ਕਾਕਸ ਦਾ ਜਿਹੜਾ ਕੀ ਨਤੀਜਾ ਆਉਂਦਾ ਆ। ਕਹਿੰਦੇ ਮੇਨ ਮਕਸਦ ਆਇਓਵਾ ਵਾਲੇ ਸਭ ਤੋਂ ਪਹਿਲਾਂ ਜਿਹੜੇ ਇਸੇ ਲਈ ਕਰਦੇ ਹੁੰਦੇ ਵੀ ਮੋਮੈਂਟਮ ਦਾ ਪਤਾ ਲੱਗੇ ਵੀ ਕਿਹੜੇ ਕੈਂਡੀਡੇਟ ਦੇ ਪਿੱਛੇ ਲੋਕ ਜਿਹੜੇ ਉਹ ਖੜ੍ਹਨ ਦੇ ਲਈ ਤਿਆਰ ਹੋਣਗੇ, ਫਿਰ ਨਿਊ ਹੈਮਸ਼ਾਇਰ ਦੇ ਵੱਲ ਨੂੰ ਜਿਹੜੀ ਗੱਲ ਵਧਣੀ ਆ ਅਤੇ ਹੌਲੀ ਹੌਲੀ ਬਾਕੀ ਸੂਬਿਆਂ ਦੇ ਵਿੱਚ ਫਿਰ ਜਿਹੜੀਆਂ ਪ੍ਰਾਈਮਰੀਜ਼ ਅਤੇ ਜਿਹੜੇ ਕਾਕਸ ਆ ਉਹ ਹੋਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇੱਥੇ ਬਣਦਾ ਆ ਅਤੇ ਕਦੋਂ ਤੱਕ ਇਹਨਾਂ ਦਾ ਨਤੀਜਾ ਆਉਂਦਾ ਆ। ਅਤੇ ਜੇ ਹਰਜੋਤ ਸਿੰਘ ਜੀ ਅੱਜ ਦੇ ਦਿਨ ਦੇ ਵਿੱਚ ਵੀ ਨਤੀਜਾ ਨਹੀਂ ਦੇ ਸਕੇ ਤਾਂ ਡੈਮੋਕਰੇਟ ਪਾਰਟੀ ਦੀ ਪੂਰੀ ਤੋਏ ਜਿਹੜੀ ਆਲਰੇਡੀ ਥੂ ਤਾਂ ਉਹਨਾਂ ਨੂੰ ਜਿਹੜੀ ਇਸ ਗੱਲ ਤੋਂ ਜਿਹੜੀ ਹੋ ਹੀ ਰਹੀ ਆ ਵੀ ਇਹ ਕਿੱਦਾਂ ਦਾ ਤੁਸੀਂ ਸਿਸਟਮ ਤਿਆਰ ਕੀਤਾ ਜਿਹਦੇ ਵਿੱਚ ਤੁਸੀਂ ਨਤੀਜਾ ਹੀ ਦੇਣ ਦੇ ਵਿੱਚ ਨਾਕਾਮਯਾਬ ਹੋ ਰਹੇ ਹਾਂ। ਸੋ ਬਿਲਕੁਲ ਜਿੰਨੇ ਡੈਮੋਗ੍ਰਾਫਿਕਸ ਆ ਰਹੇ ਕਹਿੰਦੇ ਵੀ ਆਇਓਵਾ ਦੇ ਵਿੱਚ ਜਿਹੜੀ ਪੋਲਿੰਗ ਹੋਈ ਹੈਗੀ ਖਾਸ ਕਰਕੇ ਡੈਮੋਕ੍ਰੇਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਉਹਦੇ ਵਿੱਚ 58% ਬੀਬੀਆਂ ਸੀਗੀਆਂ, ਵਿਮੈਨ ਸੀਗੀਆਂ, 96% ਕਹਿੰਦੇ ਵਾਈਟ, ਅਤੇ ਮਜੋਰਟੀ ਦੇ ਵਿੱਚ ਓਵਰਵੈਲਮਿੰਗਲੀ ਜਿਹੜੇ ਆ ਉਹ ਲਿਬਰਲ ਸੀਗੇ। ਸੋ ਜਿਹੜੇ ਜਿਸ ਤਰ੍ਹਾਂ ਜੋ ਬਾਈਡਨ ਆ ਉਹਨਾਂ ਤੋਂ ਥੋੜ੍ਹਾ ਪਰੇ ਹਟ ਕੇ ਜਿੱਦਾਂ ਜ਼ਿਆਦਾ ਲਿਬਰਲਸ ਵੱਲ ਨੂੰ ਜਾ ਰਹੇ ਹੈਗੇ ਆ। ਜਿਹੜੀ ਹਿਲਰੀ ਕਲਿੰਟਨ ਆ ਉਹ ਕੋਈ ਕੈਂਡੀਡੇਟ ਨਹੀਂ, ਉਹਨਾਂ ਨੇ ਬਰਨੀ ਸੈਂਡਰਸ ਦੇ ਅਗੇਂਸਟ ਪਿਛਲੇ ਦਿਨਾਂ ਦੇ ਵਿੱਚ ਕਾਫੀ ਆਪਣੇ ਜਿਹੜੇ ਪੁਆਇੰਟ ਕੱਸੇ ਹੈਗੇ ਆ। ਸੋ ਇੱਕ ਹੈਰਾਨੀਜਨਕ ਜਿਹੜੀ ਇੱਕ ਸਪੋਰਟ ਬਰਨੀ ਸੈਂਡਰਸ ਨੂੰ ਮਿਲੀ ਹੈਗੀ ਉਹ ਪ੍ਰੈਜੀਡੈਂਟ ਡੋਨਲਡ ਟਰੰਪ ਤੋਂ ਮਿਲੀ ਹੈਗੀ ਆ। ਸੋ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਲੱਗਦਾ ਆ ਵੀ ਜਿਹੜੀ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਹੈਗੀ ਆ ਉਹ ਬਰਨੀ ਸੈਂਡਰਸ ਨਾਲ ਫਿਰ ਇਸ ਵਾਰੀ ਜਿਹੜਾ ਆ ਹੇਰਾਫੇਰੀ ਕਰੇਗੀ। ਜੀ ਜੀ, ਉਹ ਚਾਹੁੰਦੇ ਆ ਕਿਤੇ ਨਾ ਕਿਤੇ ਵੀ ਜੇ ਬਰਨੀ ਸੈਂਡਰ ਨਾਲ ਉਹ ਧੋਖਾ ਹੁੰਦਾ ਆ ਵੀ ਉਹ ਜਿਹੜੇ ਵੋਟਰ ਆ ਉਹ ਬਾਅਦ ਦੇ ਵਿੱਚ ਇਲੈਕਸ਼ਨ ਦੇ ਵਿੱਚ ਨਾ ਹਿੱਸਾ ਲੈਣ, ਕਿਉਂਕਿ ਉਹਨਾਂ ਨੂੰ ਪਤਾ ਜਿੰਨਾ ਘੱਟ ਟਰਨ ਆਊਟ ਬਾਕੀ ਸੂਬਿਆਂ ਦੇ ਵਿੱਚ ਹੋਊਗਾ, ਖਾਸ ਕਰਕੇ ਜਿਹੜਾ ਨੌਜਵਾਨ ਪੀੜ੍ਹੀ ਦਾ, ਅਤੇ ਉਹਨਾਂ ਦਾ ਉਹਨਾਂ ਨੂੰ ਓਨਾ ਹੀ ਜਿਹੜਾ ਫਾਇਦਾ ਹੈ, ਕਿਉਂਕਿ ਜਿਹੜਾ ਇਹਨਾਂ ਦਾ ਵੋਟਰ ਕਾਡਰ ਆ ਉਹ ਪੱਕਾ ਜਿਹੜਾ ਹਮੇਸ਼ਾ ਵੋਟ ਰਿਪਬਲਿਕਨ ਪਾਰਟੀ ਦਾ ਉਹ ਕਰਦਾ ਹੀ ਕਰਦਾ ਹੁੰਦਾ ਹੈ। ਉਹ ਲਾਸਟ ਇਲੈਕਸ਼ਨ ਜਦੋਂ ਪ੍ਰੈਜੀਡੈਂਟ ਡੋਨਲਡ ਟਰੰਪ ਦੀਆਂ ਹੋਈਆਂ, ਸੋ ਇਹ ਬਹੁਤ ਸਾਰੇ ਜਿਹੜੇ ਕਲਿੰਟਨ ਸਪੋਰਟਰਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬਰਨੀ ਸੈਂਡਰਸ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੇ ਜਿਹੜੀ ਆ ਟਰੰਪ ਨੂੰ ਜਿਹੜੀਆਂ ਵੋਟਾਂ ਪਾਈਆਂ। ਜੀ ਜੀ ਬਿਲਕੁਲ। ਅਗਲੀਆਂ ਜਿਹੜੀ ਹਰਜੋਤ ਸਿੰਘ ਜੀ ਗੱਲ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ। ਸੋ ਵੈਸੇ ਤਾਂ ਅੱਜ ਜਿਹੜਾ ਸਭ ਤੋਂ ਮੇਨ ਮੁੱਦਾ ਹੌਟ ਜਿਹੜਾ ਆਇਓਵਾ ਕਾਕਸ ਵਾਲਾ ਬਣਿਆ, ਕਿਉਂਕਿ ਸਾਰੇ ਜਿਹੜੇ ਨਤੀਜੇ ਦੇਖਣਾ ਚਾਹੁੰਦੇ ਸੀ ਵੀ ਕੌਣ ਅੱਗੇ ਕੌਣ ਪਿੱਛੇ ਆ, ਪਰ ਹਰ ਇੱਕ ਜਣਾ ਇਸ ਟਾਈਮ ਹੱਥ 'ਤੇ ਹੱਥ ਧਰ ਕੇ ਬੈਠਾ ਆ, ਸੀਟ ਦੇ ਮੋਹਰੇ ਹੋ ਕੇ ਬੈਠਾ ਵੀ ਕਦੋਂ ਜਿਹੜੇ ਇਸ ਦੇ ਨਤੀਜੇ ਜਿਹੜੇ ਆਉਣਗੇ। ਅਤੇ ਇੱਕ ਚੀਜ਼ ਇਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਿਹੜੀ ਜਿਨ੍ਹਾਂ ਨੇ ਐਪ ਤਿਆਰ ਕੀਤੀ ਉਹ ਕੰਪਨੀ ਦਾ ਨਾਂ ਸ਼ੈਡੋ ਕਰਕੇ ਕੁਛ ਜਿਹੜਾ ਉਹ ਦੱਸਿਆ ਗਿਆ ਹੈ, ਸ਼ੈਡੋ ਇੰਕ ਸ਼ਾਇਦ ਜਿਹੜੀ ਸੀਗੀ, ਅਤੇ ਕਹਿੰਦੇ ਉਹਨਾਂ ਲੋਕਾਂ ਦੇ ਨਾਲ ਇਨ ਦੀ ਐਂਡ ਤਾਰਾਂ ਜਿਹੜੀਆਂ ਜੁੜ ਰਹੀਆਂ ਕਿਤੇ ਨਾ ਕਿਤੇ ਜਿਹੜੇ ਜਿਹੜੇ ਕਲਿੰਟਨ ਕੈਂਪੇਨ ਦੇ ਵੈਟਰਨਸ ਜਿਹੜੇ ਰਹੇ ਆ, ਵੀ ਕਲਿੰਟਨ ਦੇ ਕੈਂਪੇਨ ਦੇ ਦੌਰਾਨ ਜਿਨ੍ਹਾਂ ਨੇ ਉਹਨਾਂ ਦੇ ਕੈਂਪੇਨ 'ਚ ਕੰਮ ਕਰਦੇ ਰਹੇ ਆ ਉਹਨਾਂ ਦੇ ਦੁਆਰਾ ਇਹ ਕਿਤੇ ਨਾ ਕਿਤੇ ਜਿਹੜੀ ਐਪ ਤਿਆਰ ਕਰਨ ਦੀਆਂ ਜਿਹੜੀਆਂ ਤਾਰਾਂ ਉਸ ਪਾਸੇ ਵੱਲ ਨੂੰ ਜੁੜ ਰਹੀਆਂ ਆ। ਸੋ ਹੁਣ ਇਹ ਨਹੀਂ ਪਤਾ ਵੀ ਕਲਿੰਟਨ ਅਜੇ ਵੀ ਆਪਣਾ ਹੱਥ ਜਿਹੜਾ ਇਸ ਦੇ ਵਿੱਚ ਉਹ ਰੱਖਣਾ ਚਾਹੁੰਦੇ ਨੇ ਜਾਂ ਕਿੱਦਾਂ ਆ। ਵੈਸੇ ਚਲੋ ਉਹ ਹੁਣ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੇ ਬਣਾਈਆਂ ਆ, ਹੁਣ ਇਹ ਆਪਾਂ ਇਹ ਤਾਂ ਨਹੀਂ ਡਾਇਰੈਕਟਲੀ ਕਹਿ ਸਕਦਾ ਕੋਈ ਵੀ ਕਲਿੰਟਨ ਦਾ ਇਸ ਦੇ ਵਿੱਚ ਕੋਈ ਹੱਥ ਹੈਗਾ ਜਾਂ ਨਹੀਂ ਹੈਗਾ, ਪਰ ਤਾਰਾਂ ਜਿਹੜੀਆਂ ਉਸ ਪਾਸੇ ਵੱਲ ਨੂੰ ਉਹਨਾਂ ਦੇ ਉਸ ਖੇਮੇ ਵਾਲੇ ਪਾਸੇ ਨੂੰ ਜੁੜ ਰਹੀਆਂ ਹੈਗੀਆਂ ਨੇ। ਸੋ ਬਿਲਕੁਲ, ਜੇ ਓਵਰਆਲ ਦੇਖਿਆ ਜਾਵੇ ਕਹਿੰਦੇ ਬਰਨੀ ਸੈਂਡਰਸ ਦਾ ਜਿਹੜਾ ਮੋਮੈਂਟਮ ਉਹ ਕਾਫੀ ਸਟਰੋਂਗ ਚੱਲ ਰਿਹਾ। ਹੁਣ ਇਹ ਤੋਂ ਬਾਅਦ ਨਿਊ ਹੈਮਸ਼ਾਇਰ, ਫੇਰ ਸਾਊਥ ਕੈਰੋਲਿਨਾ, ਅਤੇ ਬਰਨੀ ਸੈਂਡਰਸ ਦੀ ਜੇ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਮੋਮੈਂਟਮ ਕਾਫੀ ਚੱਲ ਰਿਹਾ ਹੈਗਾ, ਅਤੇ ਫਰਵਰੀ 8 ਨੂੰ ਉਹ ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਆ ਰਹੇ ਹੈਗੇ ਆ। ਜੀ, ਸੋ ਕਿਉਂਕਿ ਇਸ ਵਾਰ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ 3 ਮਾਰਚ ਨੂੰ ਪ੍ਰਾਈਮਰੀਜ਼ ਅਤੇ ਇੱਥੇ ਦੀਆਂ ਲੋਕਲ ਇਲੈਕਸ਼ਨ ਜਿਹੜੀਆਂ ਉਹ ਹੋਣੀਆਂ ਨੇ, ਸੋ ਉਹਦੇ ਕਰਕੇ ਜਿਹੜਾ ਜ਼ੋਰ ਆ ਇਹਨਾਂ ਸਾਰੇ ਹੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦਾ ਇਹ ਲੱਗਣ ਵਾਲਾ ਹੈਗਾ ਆ।
ਸੋ ਕੈਲੀਫੋਰਨੀਆ ਦੇ ਵਿੱਚ ਜਿਹੜੇ ਨਾ ਡੈਲੀਗੇਟਸ ਬਹੁਤ ਜ਼ਿਆਦਾ ਆ, ਯਾ ਸਭ ਤੋਂ ਆਈ ਥਿੰਕ ਵੱਧ ਡੈਲੀਗੇਟਸ ਦੇ ਵਿੱਚੋਂ ਜਿਹੜਾ ਉਹ ਇੱਕ ਹੈਗਾ ਆ। ਸੋ ਜਿਹੜਾ ਕੈਲੀਫੋਰਨੀਆ ਫਿਰ ਜਿੱਤਦਾ ਆ ਉਹਨੂੰ ਜ਼ਿਆਦਾ ਡੈਲੀਗੇਟਸ ਮਿਲਦੇ ਆ, ਅਤੇ ਉਹਦਾ ਓਵਰਆਲ ਜਦੋਂ DNC ਦੀ ਜਿਹੜੀ ਹੋਣੀ ਆ, ਮੀਟਿੰਗ ਹੋਣੀ ਹੁੰਦੀ ਆ, ਮੇਨ ਕਨਵੈਨਸ਼ਨ ਹੋਣੀ ਆ, ਅਤੇ ਉਹਦੇ ਵਿੱਚ ਉਹਨਾਂ ਨੂੰ ਉਹ ਕਾਫੀ ਫਾਇਦਾ ਮਿਲਦਾ ਆ। ਜੀ ਬਿਲਕੁਲ। ਸੋ ਦੂਸਰੇ ਪਾਸੇ ਜਿਹੜੀ ਆ, ਜੇ ਇੰਪੀਚਮੈਂਟ ਨੂੰ ਲੈ ਕੇ ਜੇ ਦੇਖਿਆ ਜਾਵੇ ਪ੍ਰੈਜੀਡੈਂਟ ਡੋਨਲਡ ਟਰੰਪ ਦੀ, ਤੇ ਅੱਜ ਫੇਰ ਸੈਨੇਟ ਦੇ ਵਿੱਚ ਜਿਹੜੇ ਜਿੰਨੇ ਸੈਨੇਟਰਸ ਹੈਗੇ ਆ ਉਹ ਉਹਨਾਂ ਨੂੰ 10-10 ਮਿੰਟ ਮਿਲੇ ਹੋਏ ਹੈਗੇ ਆ ਆਪਣਾ ਆਪਣਾ ਪੁਆਇੰਟ ਰੱਖਣ ਦੇ ਲਈ, ਤੇ ਕੱਲ੍ਹ ਨੂੰ ਬੁੱਧਵਾਰ ਸ਼ਾਮ ਨੂੰ 4 ਵਜੇ ਜਿਹੜੀ ਆ ਉਹ ਵੋਟਿੰਗ ਕਰਨਗੇ ਵੀ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨਾ ਆ ਜਾਂ ਉਹਨਾਂ ਨੂੰ ਐਕਵਿਟ ਕਰਨਾ ਹੈਗਾ ਆ। ਪਰ ਅੱਜ ਪ੍ਰੈਜੀਡੈਂਟ ਨੇ ਸਟੇਟ ਆਫ ਦਾ ਯੂਨੀਅਨ ਵੀ ਐਡਰੈਸ ਕਰਨਾ ਹੈ। ਜੀ ਬਿਲਕੁਲ, ਸਟੇਟ ਆਫ ਦਾ ਯੂਨੀਅਨ। ਸੋ ਮੰਗਲਵਾਰ ਨੂੰ ਉਹ ਹਮੇਸ਼ਾ ਹੀ ਜਿਹੜਾ ਇਲੈਕਸ਼ਨ ਦਾ ਦਿਨ ਅਤੇ ਇੱਦਾਂ ਦੇ ਜਿਹੜੇ ਅਹਿਮ ਜਿਹੜੇ ਦਿਨ ਜ਼ਿਆਦਾਤਰ ਮੰਗਲਵਾਰ ਨੂੰ ਹੀ ਜਿਹੜੇ ਉਹ ਰੱਖੇ ਜਾਂਦੇ ਨੇ। ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਲਈ ਆਲਰੇਡੀ ਉਹਨਾਂ ਨੂੰ ਹਾਊਸ ਦੇ ਸਪੀਕਰ ਨੈਂਸੀ ਪਲੋਸੀ ਦੇ ਦੁਆਰਾ ਜਿਹੜਾ ਆ ਉਹ ਸੱਦਾ ਜਿਹੜਾ ਮਿਲ ਚੁੱਕਾ ਸੀਗਾ ਪਿਛਲੇ ਜਿਹੜੇ ਆ ਮਹੀਨੇ ਦੇ ਵਿੱਚ ਹੀ। ਸੋ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉੱਥੇ ਜਾਣਗੇ। ਸੋ ਹਰ ਇੱਕ ਜਿਹੜੇ ਆਈ ਥਿੰਕ ਸੈਨੇਟਰ ਅਤੇ ਜਾਂ ਹਾਊਸ ਦੇ ਰਿਪ੍ਰਜੈਂਟੇਟਿਵ ਆ ਇਹਨਾਂ ਨੂੰ ਇੱਕ ਮੌਕਾ ਹੁੰਦਾ +1 ਜਿਹੜੇ ਉਹ ਲੈ ਕੇ ਜਾਣ ਦਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਕੌਣ ਕਿਹਨੂੰ ਕਿਹਨੂੰ ਜਿਹੜਾ ਆ ਉਹ ਲੈ ਕੇ ਆਉਂਦੇ ਆ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਗੱਲ ਹੈਗੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਇਸ ਸਟੇਟ ਆਫ ਯੂਨੀਅਨ ਦੇ ਵਿੱਚ ਕਹਿੰਦੇ ਮੋਸਟ ਪ੍ਰੋਬਬਲੀ ਇਕਾਨਮੀ ਨੂੰ ਲੈ ਕੇ ਜਿਹੜੀ ਉਹ ਜ਼ਿਆਦਾ ਗੱਲ ਉਹ ਕਰਨਗੇ। ਸੋ ਇਕਾਨਮੀ, ਇਮੀਗ੍ਰੇਸ਼ਨ ਜਿਹੜਾ ਉਹਨਾਂ ਨੇ ਬੋਲ ਵਾਲੀ ਗੱਲ ਹੈਗੀ ਆ ਵੀ ਮੈਂ ਇਮੀਗ੍ਰੇਸ਼ਨ ਜਿਹੜੀ ਆ ਅਨਡਾਕੂਮੈਂਟ ਲੋਕਾਂ ਦੀ ਘਟਾਈ ਆ, ਸੋ ਇਹ ਇਸ਼ੂ ਜਿਹੜੇ ਆ ਜ਼ਿਆਦਾ ਕਰਨਗੇ। ਅਤੇ ਮੋਸਟਲੀ ਜਿਹੜੇ ਉਹਨਾਂ ਦੇ ਸਲਾਹਕਾਰ ਆ ਉਹਨਾਂ ਨੇ ਇਹ ਕਿਹਾ ਵੀ ਇੰਪੀਚਮੈਂਟ ਨੂੰ ਲੈ ਕੇ ਨਾ ਬਾਹਲਾ ਬੋਲੀ ਫਿਰ, ਪਰ ਪ੍ਰੈਜੀਡੈਂਟ ਡੋਨਲਡ ਟਰੰਪ ਦਾ ਪਤਾ ਨਹੀਂ ਵੀ ਜੇ ਕਿਤੇ ਜੇ ਉਹ ਆਪਣੇ ਹਿਸਾਬ ਨਾਲ ਬੋਲਣ ਲੱਗ ਪੈਣ ਤਾਂ ਫਿਰ ਉਹ ਸੁਣਦੇ ਨਹੀਂ ਹੁੰਦੇ ਕਿਸੇ ਦੀ। ਨਹੀਂ ਜੀ, ਉਹ ਆਪਣੀ ਵੀ ਨਹੀਂ ਸੁਣਦੇ, ਉਹ ਕਈ ਵਾਰੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਉਹ ਕੀ ਬੋਲ ਰਹੇ ਹੁੰਦੇ ਆ। ਸੋ ਇਹ ਕਾਫੀ ਜਿਹੜਾ ਤੀਜਾ ਜਿਹੜਾ ਇਹਨਾਂ ਦਾ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਹੋਵੇਗਾ। ਸੋ 3 ਸਾਲਾਂ ਦੇ ਵਿੱਚ ਕੀ ਕੁਛ ਕਾਰਜਕਾਰੀ ਆ ਉਹ ਆਪਣੇ ਸਰਕਾਰ ਦੀ ਆਪਣੇ ਐਡਮਿਨਿਸਟ੍ਰੇਸ਼ਨ ਦੀ ਉਹ ਵੀ ਦਰਸਾਉਣ ਦੀ ਇਸ ਦੇ ਵਿੱਚ ਪੂਰੀ ਕੋਸ਼ਿਸ਼ ਹੁੰਦੀ ਆ। ਸੋ ਬੇਸਿਕਲੀ ਇੱਕ ਮੌਕਾ ਹੀ ਹੁੰਦਾ ਆ ਇਹ ਜਿਹੜੇ ਰਾਸ਼ਟਰਪਤੀ ਨੂੰ ਜਿਹੜਾ ਮਿਲਦਾ ਆ ਵੀ ਦੱਸੋ ਆਪਣੇ ਪੋਜ਼ਿਟਿਵ ਪੁਆਇੰਟਸ ਕੀ ਕੁਛ ਜਿਹੜਾ ਤੁਸੀਂ ਕੀਤਾ ਹੈ ਆਪਣਾ ਰਿਪੋਰਟ ਕਾਰਡ ਇੱਕ ਹਿਸਾਬ ਦੇ ਨਾਲ ਪੇਸ਼ ਕਰਨ ਦਾ ਮੌਕਾ ਹੋਊਗਾ। ਸੋ ਅੱਜ ਸ਼ਾਮ ਨੂੰ ਜਿਹੜਾ ਆ ਉਹਨਾਂ ਨੇ ਅੱਜ ਜਿਹੜਾ ਹਰਜੋਤ ਸਿੰਘ ਜੀ ਕਰਨਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਕੱਲ੍ਹ ਨੂੰ ਫਿਰ ਪਤਾ ਲੱਗੂਗਾ, ਕੱਲ੍ਹ ਨੂੰ ਆਪਾਂ ਵੀ ਤੁਹਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਕੀ ਕੁਛ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਆਖਿਆ ਹੈਗਾ ਆ। ਉੱਦਾਂ ਉਹਨਾਂ ਨੇ ਕਹਿੰਦੇ ਆ ਜਿਹੜੇ ਇੱਕ ਬਲੂਮਬਰਗ ਜਿਹੜਾ ਇਸ ਟਾਈਮ ਡੈਮੋਕਰੇਟ ਪਾਰਟੀ ਦਾ ਕੈਂਡੀਡੇਟ ਆ ਜਿਹੜਾ ਧਨਾੜ ਬੰਦਾ ਬਿਲੀਅਨੇਅਰ ਆ ਉਹ ਉੱਭਰ ਕੇ ਆ ਰਿਹਾ ਆ, ਉਹਨੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਅੱਜ ਇੱਕ ਵਿਸ਼ੇਸ਼ ਐਡ ਜਿਹੜੀ ਆ ਉਹ ਰਨ ਕੀਤੀ ਆ ਸਟੇਟ ਆਫ ਦਾ ਯੂਨੀਅਨ ਐਡਰੈਸ ਤੋਂ ਪਹਿਲਾਂ। ਸੋ ਉਹ ਹੁਣ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਅਸਰ ਆ ਉਹ ਵੀ ਉਹਨਾਂ ਉੱਤੇ ਜਿਹੜਾ ਕਿਸੇ ਤਰੀਕੇ ਦਾ ਹੋਵੇਗਾ ਜਾਂ ਨਹੀਂ ਹੋਵੇਗਾ। ਰਾਸ਼ਟਰਪਤੀ ਟਰੰਪ ਜਿਹੜੇ ਆ ਇੱਕ ਚੀਜ਼ ਜਿਹੜੀ ਨਾ ਇਹ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹਿਣੀ ਆ ਵੀ ਜੇ ਬਲੂਮਬਰਗ ਕਿਤੇ ਡੈਮੋਕਰੇਟ ਪਾਰਟੀ ਦਾ ਉਹ ਮੋਹਰੇ ਆ ਜਾਂਦਾ ਆ ਤਾਂ ਉਹਦੇ ਕੋਲ ਵੀ ਬਹੁਤ ਪੈਸਾ ਆ, ਉਹ ਵੀ ਬਹੁਤ ਤਗੜਾ ਬਿਲੀਅਨੇਅਰ ਆ ਅਤੇ ਉਹ ਸ਼ੁਰੂ ਤੋਂ ਉਹਨੇ ਕਿਹਾ ਵੀ ਮੈਂ ਪੈਸੇ ਖਰਚਣ ਦੇ ਵਿੱਚ ਇੱਕ ਵੀ ਜਿਹੜੇ ਆ ਪਰਸੈਂਟ ਆ ਉਹ ਕੁਤਾਹੀ ਨਹੀਂ ਕਰੂੰਗਾ। ਅਤੇ ਰਾਸ਼ਟਰਪਤੀ ਟਰੰਪ ਉਹ ਆਪਣੇ ਪੈਸੇ ਨਹੀਂ ਖਰਚਦੇ, ਇਹ ਇਸ ਵਾਰ ਜਿਹੜੀ ਰੀਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਡਾਲਰ ਕਹਿੰਦੇ ਨਹੀਂ ਖਰਚਣੇ। ਸੋ ਫੰਡ ਰੇਜ਼ਿੰਗ ਦੇ ਉੱਤੇ ਉਹਨਾਂ ਦਾ ਪੂਰਾ ਜਿਹੜਾ ਜ਼ੋਰ ਆ ਉਹ ਇਸ ਟਾਈਮ ਲੱਗਾ ਹੋਇਆ ਆ। ਅਤੇ ਬਲੂਮਬਰਗ ਕਹਿੰਦਾ ਆ ਵੀ ਮੈਂ ਜਿਹੜੇ ਆਪਣੇ ਵੱਲੋਂ ਜਿੰਨੇ ਮਰਜ਼ੀ ਜਿਹੜੇ ਆ $2 ਬਿਲੀਅਨ ਤੱਕ ਖਰਚਣ ਦੇ ਲਈ ਜਿਹੜਾ ਉਹ ਰੈਡੀ ਹੈਗਾ ਆ। ਅਤੇ ਇਨਫੈਕਟ ਕਹਿੰਦੇ ਬਲੂਮਬਰਗ ਨੇ ਵੀ ਆਖ ਦਿੱਤਾ ਸੀਗਾ ਜੇ ਬਰਨੀ ਸੈਂਡਰਸ ਵੀ ਉੱਭਰ ਕੇ ਆਉਂਦਾ ਆ ਬਾਅਦ ਦੇ ਵਿੱਚ ਮੇਨ ਕੈਂਡੀਡੇਟ ਬਣਦਾ ਤਾਂ ਮੈਂ ਉਹਦੇ ਲਈ ਵੀ ਜਿਹੜੇ ਆ ਉਹ ਪੈਸੇ ਖਰਚਣ ਦੇ ਲਈ ਰੈਡੀ ਹੈਗਾ ਆ। ਸੈਂਡਰਸ ਉਹਦੇ ਕੋਲੋਂ ਪੈਸੇ ਲਾਉਣ ਤੋਂ ਖੁਦ ਤਾਂ ਇਨਕਾਰ ਜਿਹੜਾ ਉਸਨੇ ਉਹ ਕੀਤਾ ਹੀ ਹੋਇਆ ਆ, ਉਹ ਕਰ ਹੀ ਰਿਹਾ ਵੀ ਮੈਂ ਕਿਸੇ ਬਿਲੀਅਨੇਅਰ ਦੇ ਕੋਲੋਂ ਲੈਣੇ ਨਹੀਂ। ਪਰ ਕਿਉਂਕਿ ਸਿਟੀਜ਼ਨਸ ਯੂਨਾਈਟਿਡ ਦੇ ਜਿਹੜੇ ਕੇਸ ਦੇ ਕਰਕੇ ਕੋਈ ਵੀ ਬੰਦਾ ਕਿਸੇ ਵਾਸਤੇ ਵੀ ਜਿਹੜੇ ਡਾਲਰ ਆ ਉਹ ਖਰਚ ਸਕਦਾ, ਕਿਸੇ ਨੂੰ ਵੀ ਜਿਹੜੀ ਆ ਉਹ ਡੋਨੇਸ਼ਨ ਇਸ ਹਿਸਾਬ ਦੇ ਨਾਲ ਜਿਹੜਾ ਉਹ ਦੇ ਸਕਦਾ ਹੈ। ਸੋ ਇਹ ਵੀ ਜਿਹੜੀ ਦੇਖਣ ਵਾਲੀ ਗੱਲ ਰਹੂਗੀ ਵੀ ਓਵਰਆਲ ਜਿਹੜੇ ਕਿਸ ਤਰੀਕੇ ਦੇ ਨਾਲ ਇਹ ਫੀਲਡ ਆ ਉਹ ਲੈਵਲ ਹੁੰਦੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੱਕ ਜਿਹੜਾ ਕੰਜ਼ਰਵੇਟਿਵ ਕਮੈਂਟੇਟਰ ਹੈਗਾ ਜਿਹੜਾ ਬਹੁਤ ਹੀ ਜਿਹੜਾ USA ਦੇ ਵਿੱਚ ਰੇਡੀਓ ਹੋਸਟ ਹੈਗਾ ਰਸ਼ ਲਿੰਬਾ, ਉਹਨਾਂ ਨੇ ਕੱਲ੍ਹ ਅਨਾਊਂਸ ਕੀਤਾ ਵੀ ਉਹਨਾਂ ਨੂੰ ਲੰਗ ਕੈਂਸਰ ਹੈਗਾ ਆ। 69 ਸਾਲਾਂ ਦਾ ਰਸ਼ ਲਿੰਬਾ, ਖਾਸ ਕਰਕੇ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਤਰ੍ਹਾਂ ਨਾਲ ਆਈਕੋਨ ਹੈਗਾ ਆ। ਪਿਛਲੇ 31 ਸਾਲਾਂ ਤੋਂ ਉਹ 850 ਦੇ ਕਰੀਬ
ਜਿਹੜੇ AM ਜਾਂ FM ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਉਹਦਾ ਸ਼ੋਅ ਆਉਂਦਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜਿਹੜਾ ਰਸ਼ ਲਿੰਬਾ ਆ ਇਸ ਨੇ ਪੋਲੀਟੀਕਲ ਟੈਲੈਂਟ ਉਹਦੇ ਕੋਲ ਬਹੁਤ ਆ, ਉਸਨੇ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜਾ ਅਮੈਰੀਕਨ ਲੋਕਾਂ ਨੂੰ ਪੋਲੀਟਿਕਸ ਬਾਰੇ ਦੱਸਿਆ ਹੈਗਾ। ਸੋ ਉਹਦੀ ਗੁੱਡ ਰਿਕਵਰੀ ਦੇ ਲਈ ਮੈਂ ਜਿਹੜੀ ਆ ਉਹ ਆਸ ਕਰਦਾ ਹਾਂ ਜੀ। ਉਹਨਾਂ ਨੇ ਕਾਫੀ ਐਡਵਾਂਸ ਸਟੇਟ ਜਿਹੜਾ ਉਹ ਲੰਗ ਕੈਂਸਰ ਦੇ ਬਾਰੇ ਜਿਹੜੀ ਜਾਣਕਾਰੀ ਆਪਣੇ ਕੱਲ੍ਹ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜਿਹੜੀ ਉਹ ਦਿੱਤੀ ਸੀਗੀ। ਸੋ ਦੇਖਦੇ ਹਾਂ ਜਿਹੜਾ ਉਹ ਕੀ ਬਣਦਾ। ਸੋ ਰਾਸ਼ਟਰਪਤੀ ਟਰੰਪ ਤਾਂ ਡੈਫੀਨੇਟਲੀ ਉਹਨਾਂ ਦੇ ਫੈਨ ਉਹ ਹੈਗੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ ਕਰੋਨਾ ਵਾਇਰਸ ਦੇ ਚੱਲਦਿਆਂ ਹਰਜੋਤ ਸਿੰਘ ਜੀ, ਜਿਹੜੀਆਂ ਨਵੀਆਂ ਅਪਡੇਟਸ ਇਹ ਆ ਰਹੀਆਂ, ਅਮੈਰੀਕਨ ਏਅਰਲਾਈਨਸ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਫਲਾਈਟਾਂ ਆ ਉਹ ਇਸ ਤੋਂ ਪਹਿਲਾਂ ਚਾਈਨਾ ਨੂੰ ਤਾਂ ਬੀਜਿੰਗ ਨੂੰ ਤਾਂ ਉਹਨਾਂ ਨੇ ਕੈਂਸਲ ਕੀਤੀਆਂ ਸੀਗੀਆਂ, ਹੁਣ ਨਾਲ ਲੱਗਦੇ ਹਾਂਗਕਾਂਗ ਨੂੰ ਵੀ ਉਹਨਾਂ ਨੇ ਕੈਂਸਲ ਕਰ ਦਿੱਤੀਆਂ। 20 ਫਰਵਰੀ ਤੱਕ ਉਹਨਾਂ ਨੇ ਆਪਣੀਆਂ ਜਿਹੜੀਆਂ ਸਾਰੀਆਂ ਸਰਵਿਸਿਜ਼ ਆ ਹਾਂਗਕਾਂਗ ਨੂੰ ਜਾਣ ਵਾਲੀਆਂ ਫਲਾਈਟਾਂ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ। ਕਰੋਨਾ ਵਾਇਰਸ ਕਾਫੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਫੈਲ ਰਿਹਾ ਹੈਗਾ ਆ। ਉੱਧਰ ਚਾਈਨਾ ਵਾਲਿਆਂ ਨੇ ਬੜੇ ਹੀ ਥੋੜ੍ਹੇ ਦਿਨਾਂ ਦੇ ਵਿੱਚ 1000 ਬੈੱਡ ਵਾਲਾ ਜਿਹੜਾ ਹਸਪਤਾਲ ਆ ਉਸ ਨੂੰ ਜਿਹੜਾ ਉਹ ਤਿਆਰ ਕੀਤਾ ਆ। ਉੱਧਰ ਨਾਲ ਇਹ ਵੀ ਜਿਹੜੀਆਂ ਹਰਜੋਤ ਸਿੰਘ ਜੀ ਚਾਈਨਾ ਤੋਂ ਖਬਰਾਂ ਆ ਰਹੀਆਂ ਵੀ ਜਿਹੜਾ ਕੋਈ ਉੱਥੇ ਸਰਕਾਰ ਦੇ ਖਿਲਾਫ਼ ਬੋਲ ਰਿਹਾ ਆ ਜਾਂ ਕਰੋਨਾ ਵਾਇਰਸ ਦੇ ਬਾਰੇ, ਕਹਿੰਦੇ ਵੀ ਜਿਹੜੇ ਕੁਛ ਅਧਿਕਾਰੀਆਂ ਨੇ ਜਾਂ ਕੁਛ ਡਾਕਟਰਾਂ ਨੇ ਸਰਕਾਰ ਤੋਂ ਪੁੱਛੇ ਬਗੈਰ ਜਿਹੜੀ ਜਾਣਕਾਰੀ ਮੀਡੀਆ ਦੇ ਨਾਲ ਦਿੱਤੀ ਆ ਉਹਨਾਂ ਨੂੰ 7 ਸਾਲ ਤੱਕ ਦੀ ਜਿਹੜੀ ਸਜ਼ਾ ਦੀਆਂ ਗੱਲਾਂ ਚਰਚਾਵਾਂ ਜਿਹੜੀਆਂ ਇਸ ਟਾਈਮ ਉਹ ਚੱਲ ਰਹੀਆਂ ਨੇ। ਇੱਕ ਪਾਸੇ ਤਾਂ ਜਿਹੜੀ ਚਾਈਨਾ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਫੈਲੀ ਹੋਈ ਆ, ਦੂਜੇ ਪਾਸੇ ਸਰਕਾਰ ਵਾਲੇ ਜਿਹੜਾ ਡੰਡਾ ਆ ਉਹ ਆਪਣਾ ਉੱਤੋਂ ਵੀ ਜਿਹੜਾ ਜ਼ਿਆਦਾ ਕਾਇਮ ਜਿਹੜਾ ਉਹ ਕਰ ਰਹੇ ਨੇ ਵੀ ਜੇ ਤਾਂ ਵੀ ਸਾਡੇ ਸਰਕਾਰ ਦੇ ਖਿਲਾਫ਼ ਤੁਸੀਂ ਕੁਛ ਬੋਲਿਆ ਤਾਂ ਉਹਨਾਂ ਨੂੰ ਜਿਹੜਾ ਆ ਉਹ ਅੰਦਰ ਕੀਤਾ ਜਾ ਸਕਦਾ ਹੈਗਾ ਆ। ਸੋ ਇਸ ਤੋਂ ਪਹਿਲਾਂ ਵੈਸੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਅਮੈਰੀਕਨ ਏਅਰਲਾਈਨ ਪਾਇਲਟਸ ਯੂਨੀਅਨ ਆ ਉਹਨਾਂ ਨੇ ਸੂ ਕੀਤਾ ਸੀਗਾ ਅਮੈਰੀਕਨ ਏਅਰਲਾਈਨਸ ਨੂੰ ਵੀ ਹਾਂਗਕਾਂਗ ਨੂੰ ਜਿਹੜੀ ਸਰਵਿਸ ਆ ਉਹ ਐਂਡ ਜਿਹੜੀ ਉਹ ਕਰ ਦਿੱਤੀ ਜਾਵੇ। ਸੋ ਆਲਰੇਡੀ ਕਹਿੰਦੇ ਕਈ ਦਰਜਨ ਏਅਰਲਾਈਨਸ ਆ ਉਹਨਾਂ ਨੇ ਚਾਈਨਾ ਨੂੰ, ਮੇਨਲੈਂਡ ਚਾਈਨਾ ਨੂੰ ਆਪਣੀਆਂ ਸਰਵਿਸਿਜ਼ ਆ ਉਹ ਬੰਦ ਕੀਤੀਆਂ ਹੋਈਆਂ ਸੀਗੀਆਂ ਜੀ। ਬਿਲਕੁਲ। ਸੋ ਜੇ ਦੱਸਦੀ ਜਾਈਏ ਕਰੋਨਾ ਵਾਇਰਸ ਦੇ ਨਾਲ 350 ਤੋਂ ਵੱਧ ਜਿਹੜੀਆਂ ਹੁਣ ਤੱਕ ਮੌਤਾਂ ਹੋ ਗਈਆਂ ਆ ਅਤੇ ਚਾਈਨਾ ਦੇ ਵਿੱਚ 20,000 ਤੋਂ ਵੱਧ ਲੋਕ ਜਿਹੜੇ ਆ ਉਹ ਉਹਦੇ ਨਾਲ ਇਨਫੈਕਟਡ ਹੋਏ ਹੈਗੇ ਆ। ਇੱਕ ਕੱਲ੍ਹ ਜਿਹੜਾ ਆ ਕੈਨੇਡੀਅਨ ਮੂਲ ਦਾ ਪੰਜਾਬੀ ਉਹ ਚਾਈਨਾ ਰਾਹੀਂ ਇੰਡੀਆ ਨੂੰ ਗਿਆ ਅਤੇ ਚਾਈਨਾ 'ਚ ਉਹ 9 ਘੰਟੇ ਉਹਦਾ ਸਟੇਅ ਸੀਗਾ ਏਅਰਪੋਰਟ 'ਤੇ, ਅਤੇ ਉਹ ਕਹਿੰਦੇ ਵੀ ਉਹਦੇ ਵਿੱਚ ਵੀ ਜਿਹੜੀ ਆ ਸਿਮਟਮਸ ਪਿਛਲੇ ਵੀਕ ਉਹ ਪਾਏ ਗਏ ਹੈਗੇ ਕਰੋਨਾ ਵਾਇਰਸ ਦੇ। ਇਹ ਪੰਜਾਬ ਤੋਂ ਨੌਜਵਾਨ ਆ, ਕੈਨੇਡੀਅਨ ਸੀ, ਕੈਨੇਡਾ ਤੋਂ ਚਾਈਨਾ ਰਾਹੀਂ ਪੰਜਾਬ ਨੂੰ ਗਿਆ ਸੀ ਜੀ। ਸੋ ਬਿਲਕੁਲ ਆਪਣੇ ਵੀ ਜਿਹੜੇ ਸਰੋਤੇ ਆਪਾਂ ਤਾਂਹੀਓ ਤੁਹਾਨੂੰ ਪਹਿਲੇ ਦਿਨ ਤੋਂ ਜਿਹੜੇ ਇਸ ਦੇ ਬਾਰੇ ਜਦੋਂ ਤੋਂ ਆ ਰਹੀ ਆ ਕਹਿ ਰਹੇ ਹਾਂ ਵੀ ਜਿਨ੍ਹਾਂ ਨੇ ਵੀ ਉੱਧਰਲੇ ਪਾਸਿਓਂ ਦੀ ਲੰਘਣਾ ਆ ਜਾਂ ਤਾਂ ਆਪਣੀਆਂ ਦੇਖੋ ਜੇ ਫਲਾਈਟਾਂ ਪੋਸਟਪੋਨ ਹੋ ਸਕਦੀਆਂ ਜਾਂ ਉਹਨਾਂ ਨੂੰ ਚੇਂਜ ਤੁਸੀਂ ਕਰਾ ਸਕਦੇ ਹਾਂ ਤਾਂ ਕਰਾ ਲਓ, ਕਿਉਂਕਿ ਰਿਸਕ ਲੈਣ ਦਾ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਫਾਇਦਾ ਹੈ ਇਸ ਦੇ ਵਿੱਚ ਨਹੀਂ ਹੈਗਾ। ਇੱਕ ਜਿਹੜੇ ਇਸ ਦੇ ਉੱਤੇ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਜਿਹੜਾ ਆ ਉਹ ਦਿੱਤਾ ਵੀ ਕਹਿੰਦੇ ਜਿਹੜਾ ਕਰੋਨਾ ਵਾਇਰਸ ਆ ਉਸਨੂੰ ਪੈਨਡੈਮਿਕ ਜਿਹੜਾ ਆ ਉਹ ਅਜੇ ਘੋਸ਼ਿਤ ਨਹੀਂ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਇਹ ਜਿਹੜੀ ਆ ਕਿਉਂਕਿ ਪੈਨਡੈਮਿਕ ਉਸਨੂੰ ਕਿਹਾ ਜਾਂਦਾ ਜਿਹੜਾ ਕਿਤੇ ਨਾ ਕਿਤੇ ਪੂਰੇ ਜਿਹੜੇ ਆ ਉਹ ਵਿਸ਼ਵ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਜਿਹੜੀ ਉਹ ਫੈਲ ਗਈ ਹੋਵੇ। ਐਪੀਡੈਮਿਕ ਇੱਕ ਜਿਹੜੀ ਡਿਜ਼ੀਜ਼ ਹੁੰਦੀ ਜਿਹੜੀ ਬਹੁਤ ਹੀ ਜਲਦੀ ਫੈਲਦੀ ਹੈ ਅਤੇ ਉਹ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਉਹ ਫੈਲ ਜਾਵੇ ਤਾਂ ਉਸ ਨੂੰ ਜਿਹੜਾ ਪੈਨਡੈਮਿਕ ਆਖਿਆ ਜਾਂਦਾ ਹੈ, ਪਰ ਹਾਲ ਦੀ ਘੜੀ ਇਹਨਾਂ ਨੇ ਕਰੋਨਾ ਵਾਇਰਸ ਨੂੰ ਇਹ ਨਹੀਂ ਆਖਿਆ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਹੈਗੀ ਆ ਕਹਿੰਦੇ ਇਸ ਨੂੰ ਟ੍ਰੀਟ ਜਿਹੜਾ ਹੌਲੀ ਹੌਲੀ ਕੀਤਾ ਜਾ ਰਿਹਾ ਹੈਗਾ, ਕਿਉਂਕਿ ਜਿੱਦਾਂ ਆਪਾਂ ਦੇਖ ਰਹੇ ਹਾਂ 17,000 ਤੋਂ ਵੱਧ ਜਿਹੜੇ ਕੇਸ ਉਹ ਹੈਗੇ ਨੇ ਅਤੇ ਉਹਨਾਂ ਵਿੱਚੋਂ ਤਕਰੀਬਨ 350-450 ਲੋਕ ਜਿਹੜੇ ਆ ਉਹ ਮਾਰੇ ਗਏ ਨੇ। ਜਦੋਂ ਕਿਤੇ ਕੋਈ ਐਪੀਡੈਮਿਕ ਜਾਂ ਪੈਨਡੈਮਿਕ ਹੁੰਦਾ ਆ ਉਹਦੇ ਵਿੱਚ ਜ਼ਿਆਦਾਤਰ ਬਹੁਤ ਜ਼ਿਆਦਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਮੌਤਾਂ ਆ ਉਹ ਹੋ ਜਾਂਦੀਆਂ ਹੁੰਦੀਆਂ। ਸੋ ਇਸੇ ਹੀ ਆਧਾਰ ਦੇ ਉੱਤੇ ਜਿਹੜੀ ਵਰਲਡ ਹੈਲਥ ਔਰਗਨਾਈਜੇਸ਼ਨ ਆ ਉਹਨਾਂ ਨੇ ਇਸ ਨੂੰ ਜਿਹੜਾ ਉਹ ਨਹੀਂ ਆਖਿਆ। ਇਨਫੈਕਟ ਜੇ ਲੇਟੈਸਟ ਆਂਕੜੇ WHO ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 427 ਲੋਕਾਂ ਦੀ ਜਿਹੜੀ ਉਹ ਮੌਤ ਹੋਈ ਆ, 20,000 ਤੋਂ ਵੱਧ ਜਿਹੜੇ ਉਹ ਕੇਸ ਹੈਗੇ ਨੇ। 427 ਦੇ ਵਿੱਚੋਂ 425 ਜਿਹੜੇ ਉਹ ਚਾਈਨਾ ਦੇ ਵਿੱਚ, ਇੱਕ ਹਾਂਗਕਾਂਗ ਦੇ ਵਿੱਚ ਅਤੇ ਇੱਕ ਫਿਲੀਪੀਨਸ ਦੇ ਵਿੱਚ ਜਿਹੜਾ ਉਹ ਮਾਰੇ ਗਏ ਹੈਗੇ ਨੇ। ਸੋ ਆਪਾਂ ਫਿਰ ਅਪਡੇਟ ਕਰਦੇ ਜਾਈਏ ਇਸ ਦੇ ਉੱਤੇ ਵੀ ਚਾਈਨਾ ਤੋਂ ਆ ਰਹੇ ਜਿੰਨੇ ਵੀ ਲੋਕ ਹੈਗੇ ਨੇ ਅਮੈਰੀਕਾ ਦੇ ਵਿੱਚ, ਜੇ ਉਹ US ਸਿਟੀਜ਼ਨ ਨਹੀਂ ਹੈਗੇ ਤਾਂ ਉਹਨਾਂ ਨੂੰ ਵਾਪਸ ਜਿਹੜਾ ਉਹ ਮੋੜਿਆ ਜਾ ਸਕਦਾ ਆ।
ਅਤੇ ਜਿਹੜੇ ਯੂ ਐੱਸ ਸਿਟੀਜ਼ਨ ਚਾਈਨਾ ਦੇ ਰਾਹੀਂ ਟਰੈਵਲ ਕਰ ਰਹੇ ਨੇ ਜਾਂ ਚਾਈਨਾ ਤੋਂ ਟਰੈਵਲ ਕਰਕੇ ਆ ਰਹੇ ਨੇ, ਉਹਨਾਂ ਨੂੰ ਜਿਹੜਾ ਕੁਆਰੰਟੀਨ ਆ ਉਸ ਦੇ ਵਿੱਚ ਰੱਖਿਆ ਜਾਵੇਗਾ ਅਮੈਰੀਕਾ ਦੇ ਵਿੱਚ। ਅਤੇ ਬਹੁਤ ਸਾਰੇ ਮੁਲਕਾਂ ਨੇ ਜਿਹੜੇ ਚਾਈਨੀਜ਼ ਨੈਸ਼ਨਲਜ਼ ਆ ਉਹਨਾਂ ਨੂੰ ਹਾਲ ਦੀ ਘੜੀ ਆਪਣੇ ਮੁਲਕ ਦੇ ਵਿੱਚ ਆਉਣ ਦੇ ਉੱਤੇ ਬੈਨ ਲਾਇਆ ਹੋਇਆ ਆ। ਸੋ ਕਰੋਨਾ ਵਾਇਰਸ ਨੂੰ ਲੈ ਕੇ ਊਬਰ ਵਾਲਿਆਂ ਨੇ ਵੀ ਜਿਹੜੇ ਕਹਿੰਦੇ ਆ ਵੀ ਹੰਡਰਡਸ ਆਫ ਅਕਾਊਂਟ ਜਿਹੜੇ ਆ ਉਹ ਬੰਦ ਕਰ ਦਿੱਤੇ ਆ। ਇਹ ਇਸ ਕਰਕੇ ਹੋਇਆ ਕਹਿੰਦੇ ਵੀ ਜਨਵਰੀ 20 ਨੂੰ ਇੱਕ ਚਾਈਨੀਜ਼ ਮੂਲ ਦਾ ਨੈਸ਼ਨਲ ਲੋਸ ਏਂਜਲਸ ਏਅਰਪੋਰਟ 'ਤੇ ਆਇਆ, ਉਹ ਤੋਂ ਬਾਅਦ ਉਹ ਮੈਕਸੀਕੋ ਸਿਟੀ ਨੂੰ ਊਬਰ ਰਾਈਡਸ ਲਈਆਂ ਉਸਨੇ ਦੋ, ਜਿਹਦੇ ਵਿੱਚ ਗਿਆ ਅਤੇ ਜਦੋਂ ਉਹ ਮੈਕਸੀਕੋ ਤੋਂ ਵਾਪਸ ਫਿਰ ਯੂ ਐੱਸ ਏ ਆਇਆ ਅਤੇ ਉਹਦੇ ਵਿੱਚ ਜਿਹੜਾ ਆ ਕਰੋਨਾ ਵਾਇਰਸ ਉਹਨੂੰ ਡਾਇਗਨੋਸ ਹੋਇਆ। ਤੋਂ ਉਸ ਤੋਂ ਬਾਅਦ ਕਹਿੰਦੇ 240 ਦੇ ਕਰੀਬ ਜਿਹੜੇ ਊਬਰ ਦੇ ਡਰਾਈਵਰ ਸੀ ਜਿਨ੍ਹਾਂ ਦੇ ਵਿੱਚ ਹੋਰ ਲੋਕਾਂ ਨੇ ਟ੍ਰਿਪ ਵੀ ਲਏ ਸੀ ਉਹਨਾਂ ਨੂੰ ਅਤੇ ਜਿਹੜੇ ਊਬਰ ਦੇ ਡਰਾਈਵਰ ਸੀ ਉਹਨਾਂ ਨੂੰ ਜਿਹੜਾ ਆ ਕੁਛ ਹਫ਼ਤਿਆਂ ਦੇ ਲਈ ਜਿਹੜਾ ਊਬਰ ਨੇ ਬੈਨ ਕਰ ਦਿੱਤਾ ਹੈਗਾ, ਕਿਉਂਕਿ ਕਹਿੰਦੇ ਵੀ ਇਹ ਕਿਤੇ ਨਾ ਕਿਤੇ ਹੋਰ ਕਿਸੇ ਨੂੰ ਜਿਹੜੀ ਇਹ ਹੋ ਸਕਦੀ ਹੈਗੀ ਆ। ਸੋ ਬਿਲਕੁਲ ਹੁਣ ਤੱਕ ਜਿਸ ਤਰ੍ਹਾਂ ਮੈਂ ਦੱਸਿਆ ਵੀ 20,000 ਤੋਂ ਵੱਧ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਹੁਣ ਆਲ ਓਵਰ ਦੀ ਵਰਲਡ ਹੈਗੇ ਆ, ਜਿਹਦੇ 'ਚ ਮੈਜੋਰਟੀ 'ਚ ਉਹ ਚਾਈਨਾ 'ਚ ਆ। ਜੀ ਜੀ, ਅਤੇ ਇੱਥੇ ਆਪਾਂ ਇੱਕ ਹਰਦਰ ਸਿੰਘ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਜੀ ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਰਾਣੀ ਬਣਾ ਕੇ ਰੱਖੂਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਬਦੇ ਭਾਂਡੇ ਤੇਰੇ ਤੋਂ। ਰੋਲਸੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ, ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਮੈਂ ਤਾਂ ਤੂੰ ਕਰਾ ਲੈਂਦੀ ਬੇਕੇ ਮਹਾਰਾਜੇ ਨਾਲ ਵਿਆਹ, ਧੱਕੇ ਖਾ ਖਾ ਕੇ ਕਮਾਈਆਂ ਕਰ ਕਰਕੇ ਤੁਰਿਆ ਤੇ ਫਿਰਦਾ ਤੁਹਾਡੇ ਲਈ ਹੈ ਮਰਦਾ ਮੈਂ ਵੀ ਮੇਰੇ ਕੋਈ ਜਾਦੂ ਦੀ ਛੜੀ ਆ ਵੀ ਮੈਂ ਸਵੇਰੇ ਬਣਾ ਦਿਆਂ ਤੈਨੂੰ ਘਰ ਹੈ? ਮੌਰਗੇਜ ਵਾਲੇ ਮੇਰੇ ਭਰਾ ਲੱਗਦੇ ਨਾ ਵੀ ਮੈਨੂੰ ਆ ਕਰ ਦੂ ਕੋਈ। ਘਰ ਦੇ ਲਈ ਮੌਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟਬੀਟ ਮੌਰਗੇਜ ਵਾਲਿਆਂ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟ ਬਾਰੇ ਦੱਸਣਗੇ ਤੇ ਜੇ ਤੁਸੀਂ ਸੈਲਫ ਇੰਪਲਾਈਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮੌਰਗੇਜ ਲੈਣੀ ਹੈ ਤਾਂ ਕਾਲ ਰੇਟਬੀਟ ਮੌਰਗੇਜ 877-877-7575, 877-877-7575। ਰੇਟਬੀਟ ਮੌਰਗੇਜ LLC, NMLS ID 1267188। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦੋ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਇੰਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਸ, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸਨ, ਸਕਿਨ ਰੈਜੂਵਿਨੇਸ਼ਨ, ਫਾਈਨ ਲਾਈਨਸ, ਬਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ, MD, 916-688-9994, 8191 ਟਿੰਬਰ ਲੇਕ, ਵੇ ਸਵੀਟ 350 ਅਤੇ 400, ਸੈਕਰਾਮੈਂਟੋ। ਕੀ ਗੱਲ ਸਿਮੀ, ਬੜੀ ਨਿਖਰੀ ਫਿਰਦੀ ਆ, ਤੇਰਾ ਚਿਹਰਾ ਤਾਂ ਸ਼ਾਈਨ ਕਰੀ ਜਾਂਦਾ। ਰਾਣੋ, ਇਹ ਕਮਾਲਾ A-Star ਥਰੈਡਿੰਗ ਵਾਲਿਆਂ ਦਾ। A-Star ਥਰੈਡਿੰਗ, 4400 ਐਲਵੇਟਾ ਰੋਡ, ਸਵੀਟ ਨੰਬਰ 170, ਐਂਟਲੋਪ। ਇੱਥੇ ਤੁਸੀਂ ਕਰਵਾ ਸਕਦੇ ਹੋ ਪਰਮਾਨੈਂਟ ਮੇਕਅਪ, ਮਾਈਕਰੋਬਲੇਡਿੰਗ, ਪਰਮਾਨੈਂਟ ਆਈਲਾਈਨਰ, ਡਾਰਕ ਸਪੌਟ, ਪਿਗਮੈਂਟੇਸ਼ਨ ਅਤੇ ਸ਼ਾਈਆਂ ਵਾਸਤੇ ਮਾਈਕਰੋ ਨੀਡਲਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀਆਂ, ਪਾਰਟੀਆਂ ਵਾਸਤੇ ਮੇਕਅਪ ਅਤੇ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ, ਲੈਸ਼ ਐਕਸਟੈਂਸ਼ਨ, ਲੈਸ਼ ਲਿਫਟਿੰਗ, ਲੈਸ਼ ਟਿੰਟਿੰਗ ਅਤੇ ਆਈਬ੍ਰੋ ਟਿੰਟਿੰਗ ਤੇ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਫੇਸ਼ੀਅਲ ਅਤੇ ਥਰੈਡਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਸੂਟ, ਲਹਿੰਗੇ ਵੀ ਤਿਆਰ ਕਰਵਾ ਕੇ ਦਿੰਦੇ ਹਨ। ਇਹ ਖੁੱਲੇ ਰਹਿੰਦੇ ਹਨ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਤੇ ਸੰਡੇ ਓਨਲੀ ਅਪਾਇੰਟਮੈਂਟ। ਇਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ A-Star Threading.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-721-0506, 916-721-0506। ਪੰਜਾਬੀ ਰੇਡੀਓ USA ਦੀ ਇਸ ਐਡ ਦਾ ਹਵਾਲਾ ਦੇਣ ਤੇ 10% ਦਾ ਡਿਸਕਾਊਂਟ ਲੈ ਸਕਦੇ ਹੋ। ਮੈਂ ਕਹਿੰਦੀ ਹਾਂ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਐਵੇਂ ਨਾ ਜਾ ਘਬਰਾਈ,
ਡੋਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ। ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਛ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪਾਲ 510-325-8433, 510-324-8433, 916-334-6916, 6000। ਕੀ ਤੁਸੀਂ ਸਾਲ ਦੇ 50,000 ਤੋਂ $1,00,000 ਕਮਾਉਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ ਏ ਕਲਾਸ ਬੀ ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 916-850-9952, 916-850-9952, ਐਡਰੈਸ 7473 ਰੀਜ ਰੋਡ, ਸਵੀਟ 2, ਸੈਕਰਾਮੈਂਟੋ, ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ, ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੋਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਉੱਥੇ ਦੇ ਇੱਕ ਡਾਕਟਰ ਜਿਹੜੇ ਲੀ ਵਿਨ ਲਿਆਂਗ ਹੈਗੇ ਆ, ਜਿਹੜੇ ਵਿਸਲ ਬਲੋਅਰ ਸੀ, ਜਿਨ੍ਹਾਂ ਨੇ December 2019 ਦੇ ਵਿੱਚ ਜਿਹੜੀ ਚਾਈਨੀਜ਼ ਅਥਾਰਟੀਜ਼ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ SARS ਵਰਗੀ ਇੱਕ ਵਾਇਰਸ ਆ ਉਹ ਫੈਲ ਸਕਦੀ ਹੈਗੀ ਆ, ਅਤੇ ਉਸ ਨੂੰ ਕਹਿੰਦੇ ਉਸ ਟਾਈਮ ਦੇ ਉੱਤੇ ਸ਼ਟਡਾਊਨ ਕਰ ਦਿੱਤਾ ਸੀ। ਪਰ ਇਸ ਡਾਕਟਰ ਦੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਆ ਬੱਲੇ ਬੱਲੇ ਹੋ ਰਹੀ ਆ ਵੀ ਇਸ ਨੇ ਉਸ ਟਾਈਮ ਦੱਸਿਆ ਸੀ, ਹੋ ਸਕਦਾ ਵੀ ਜੇ ਉਸ ਟਾਈਮ ਉਹ ਅਥਾਰਟੀਜ਼ ਐਕਟ ਕਰ ਜਾਂਦੀਆਂ ਇੰਨੀਆਂ ਮੌਤਾਂ ਨਾ ਹੁੰਦੀਆਂ। ਸੋ ਅਪਡੇਟਡ ਜਿਹੜੀ CNN ਦੇ ਮੁਤਾਬਕ 425 ਲੋਕਾਂ ਦੀ ਮੌਤ ਹੋ ਚੁੱਕੀ ਆ ਅਤੇ 20,000 ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਆ ਇਸ ਵਾਇਰਸ ਦੇ ਨਾਲ। ਜੀ ਜੀ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੇ ਨਜ਼ਰ ਮਾਰਦੇ ਜਾਈਏ, ਇਲੋਨ ਮਸਕ ਜਿਹੜਾ ਟੈਸਲਾ ਦਾ ਮੇਨ ਹੈੱਡ ਹੈਗਾ ਆ, ਉਹਨੇ ਕਹਿੰਦੇ ਵੀ ਇਸ ਟਾਈਮ ਖੁੱਲ੍ਹਾ ਸੱਦਾ ਦਿੱਤਾ ਹੈ ਲੋਕਾਂ ਨੂੰ ਵੀ ਜੇ ਤੁਸੀਂ ਟੈਸਲਾ ਨੂੰ ਜੁਆਇਨ ਕਰਨਾ ਚਾਹੁੰਦੇ ਆ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਵਰਤਦੇ ਹੋਏ ਜਿਹੜਾ ਆ ਉਹ ਆਪਾਂ ਜਿਹੜੀ ਸੈਲਫ ਡਰਾਈਵਿੰਗ ਦੀ ਪ੍ਰੋਬਲਮ ਆ ਉਸ ਨੂੰ ਹੱਲ ਕਰਨਾ ਚਾਹੁੰਦੇ ਆ। ਸੋ ਉਹਨਾਂ ਲੋਕਾਂ ਨੂੰ ਜਿਹੜਾ ਆ ਉਹ ਹਾਇਰ ਕਰਨਾ ਚਾਹੁੰਦੇ ਆ। ਇੱਥੋਂ ਤੱਕ ਵੀ ਉਹਨਾਂ ਨੇ ਆਖਿਆ ਵੀ PhD ਇਜ਼ ਡੈਫੀਨੇਟਲੀ ਨੋਟ ਰਿਕੁਆਇਰਡ, ਅਤੇ ਕਹਿੰਦੇ ਵੀ ਮੈਂ ਇਹ ਵੀ ਨਹੀਂ ਕੇਅਰ ਕਰਦਾ ਵੀ ਤੁਸੀਂ ਹਾਈ ਸਕੂਲ ਨੂੰ ਵੀ ਗ੍ਰੈਜੂਏਟ ਕੀਤਾ ਹੈ ਕਿ ਨਹੀਂ ਕੀਤਾ, ਜੇ ਤੁਹਾਡੇ 'ਚ ਵਿਜ਼ਨ ਹੈਗਾ ਆ ਤੁਸੀਂ ਇਸ ਦੀ ਅੰਡਰਸਟੈਂਡਿੰਗ ਜਿਹੜੀ ਉਹ ਰੱਖਦੇ ਆ ਆਰਟੀਫਿਸ਼ਲ ਇੰਟੈਲੀਜੈਂਸ ਦੀ, ਅਤੇ ਕਹਿੰਦੇ ਵੀ ਤੁਸੀਂ ਜ਼ਰੂਰ ਟੈਸਲਾ ਦੇ ਲਈ ਜਿਹੜਾ ਆ ਉਹ ਆਪਣੇ ਆਪ ਨੂੰ ਜਿਹੜਾ ਆ ਉੱਥੇ ਅਪਲਾਈ ਕਰੋ
ਅਤੇ ਇਹ ਇੱਕ ਕਹਿੰਦੇ ਜ਼ਰੂਰ ਹੈਗੀ ਆ ਐਜੂਕੇਸ਼ਨਲ ਬੈਕਗਰਾਊਂਡ ਕਹਿੰਦੇ ਇਰਰੈਲੀਵੈਂਟ ਆ ਪਰ ਜਿੰਨੇ ਵੀ ਕੈਂਡੀਡੇਟ ਆ ਉਹ ਹਾਰਡਕੋਰ ਕੋਡਿੰਗ ਟੈਸਟ ਜਿਹੜਾ ਉਹਨਾਂ ਨੂੰ ਜ਼ਰੂਰ ਉਹ ਪਾਸ ਕਰਨਾ ਆਉਣਾ ਚਾਹੀਦਾ ਕਿਉਂਕਿ ਬਹੁਤ ਸਾਰੀ ਅਕੈਡਮਿਕ ਜਿਹੜੇ ਗ੍ਰੇਡਸ ਹੁੰਦੇ ਆ ਉਹਨਾਂ ਕਰਕੇ ਕਈ ਲੋਕ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ ਉਹ ਭਾਵੇਂ ਉਹ ਹੁਸ਼ਿਆਰ ਹੁੰਦੇ ਸਮਾਰਟ ਹੁੰਦੇ ਨੇ ਪਰ ਅਕੈਡਮਿਕਲੀ ਜਿਹੜੇ ਉਹ ਇੰਨੇ ਜ਼ਿਆਦਾ ਗੁੱਡ ਨਹੀਂ ਕਰ ਸਕਦੇ ਹੋਏ ਸੋ ਉਹਨਾਂ ਲਈ ਇੱਕ ਗੁੱਡ ਮੌਕਾ ਜਿਹੜਾ ਉਹ ਜ਼ਰੂਰ ਇਹ ਰਹੂਗਾ ਵੀ ਇਸ ਤਰੀਕੇ ਦੇ ਨਾਲ ਉਹਨੇ ਖੁੱਲ੍ਹਾ ਹੀ ਜਿਹੜਾ ਹਰਜੋਤ ਸਿੰਘ ਜੀ ਹੁਣ ਸੱਦਾ ਦਿੱਤਾ ਹੈਗਾ ਆ ਬਿਲਕੁਲ ਅਗਲੀ ਖਬਰ ਜਿਹੜੀ ਇਰਾਨ ਨੂੰ ਲੈ ਕੇ ਆ ਇਰਾਨ ਵਾਲੇ ਕਹਿੰਦੇ ਪਹਿਲੀ ਵਾਰੀ ਪਿਛਲੇ 10 ਸਾਲਾਂ ਦੇ ਵਿੱਚ ਆਪਣੇ ਹੀ ਸਿਟੀਜ਼ਨ ਅਮੀਰ ਰਹੀਮਪੁਰ ਨੂੰ ਜਿਹੜਾ ਆ ਫਾਂਸੀ ਦੇਣ ਜਾ ਰਹੇ ਹੈਗੇ ਆ ਅਤੇ ਇਰਾਨ ਦੀ ਸੁਪਰੀਮ ਕੋਰਟ ਨੇ ਵੀ ਇਹਦਾ ਜਿਹੜੀ ਹੈ ਅਫਰਮ ਕਰ ਦਿੱਤਾ ਫਾਂਸੀ ਨੂੰ ਕਿਉਂਕਿ ਕਹਿੰਦੇ ਵੀ ਉਸ ਨੇ ਯੂ ਐੱਸ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਸੀ ਆਈ ਏ ਆ ਉਸ ਨੂੰ ਜਿਹੜੀ ਆ ਉੱਥੇ ਦੀ ਸਾਰੀ ਨਿਊਕਲੀਅਰ ਦੀ ਜੋ ਇਨਫੋਰਮੇਸ਼ਨ ਆ ਉਹ ਦਿੱਤੀ ਸੀ ਜਿਹਦੇ ਬਦਲੇ ਉਸ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੇ ਆ ਉਹ ਯੂ ਐੱਸ ਤੋਂ ਲਏ ਸੀ ਰਹੀਮਪੁਰ ਕਹਿੰਦੇ ਮਾਸਟਰਸ ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਹੈਗਾ ਅਤੇ ਪਿਛਲੇ ਸਾਲਾਂ ਦੇ ਵਿੱਚ ਇਰਾਨ ਤੋਂ ਇਹ ਖਬਰ ਆਈ ਸੀ ਭਈ ਇਰਾਨ ਦੇ ਵਿੱਚ 200 ਤੋਂ ਵੱਧ ਜਿਹੜੇ ਸੀ ਆਈ ਏ ਦੇ ਲਈ 290 ਦੇ ਕਰੀਬ ਜਿਹੜੇ ਸਪਾਈਜ਼ ਹੈਗੇ ਆ ਉਹ ਸੀ ਆਈ ਏ ਦੇ ਲਈ ਕੰਮ ਕਰਦੇ ਹੈਗੇ ਆ ਸੋ ਪਹਿਲੀ ਫਾਂਸੀ ਉਹ ਇਸ ਜਿਹੜਾ ਉੱਥੇ ਦਾ ਸਿਟੀਜਨ ਆ ਉਸ ਨੂੰ ਦੇਣ ਜਾ ਰਿਹਾ ਹੈਗਾ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਪੋਰਟੋਰੀਕੋ ਤੋਂ ਪੋਰਟੋਰੀਕੋ ਦੇ ਉੱਤੇ ਜਿਹੜਾ ਕੁਦਰਤ ਦਾ ਕਹਿਰ ਆ ਉਹ ਹਟ ਨਹੀਂ ਰਿਹਾ ਅਤੇ ਕਹਿੰਦੇ ਆ ਵੀ ਅਰਥਕਵੇਕ ਇੱਕ ਹੋਰ 5.3 ਤੀਬਰਤਾ ਦਾ ਜਿਹੜਾ ਆ ਪੋਰਟੋਰੀਕੋ ਦੇ ਵਿੱਚ ਉਹ ਆਇਆ ਹੈਗਾ ਆ ਸੋ ਆਲਰੇਡੀ ਹਰੀਕੇਨ ਤੋਂ ਜਿਹੜੇ ਉਹ ਪ੍ਰਭਾਵਿਤ ਜਿਹੜੇ ਕੁਝ ਸਾਲ ਪਹਿਲਾਂ ਜਿਹੜੇ ਹੋਏ ਸੀ ਉਸ ਤੋਂ ਪਹਿਲਾਂ ਹੁਣ ਤੋਂ ਕੁਛ ਮਹੀਨੇ ਪਹਿਲਾਂ ਵੀ ਇੱਕ ਜਿਹੜਾ ਉੱਥੇ ਵੱਡਾ ਭੂਚਾਲ ਜਿਹੜਾ ਹਰਜੋਤ ਸਿੰਘ ਜੀ ਉਹ ਆਇਆ ਸੀਗਾ ਸੋ ਹੁਣ 5 ਤੀਬਰਤਾ ਦਾ ਜਿਹੜਾ ਇੱਕ ਅਰਥਕਵੇਕ ਭੂਚਾਲ ਆ ਉਹ ਪੋਰਟੋਰੀਕੋ ਦੇ ਲਾਗੇ ਜਿਹੜਾ ਉਹ ਫਿਰ ਆਇਆ ਆ ਸੋ ਉਮੀਦ ਕਰਦੇ ਹਾਂ ਵੀ ਇਸ ਦੇ ਕਰਕੇ ਜਿਹੜਾ ਨੁਕਸਾਨ ਜਿਹੜਾ ਉਹ ਘੱਟ ਹੀ ਜਿਹੜਾ ਉਹ ਹੋਇਆ ਹੋਵੇ ਕੋਈ ਜ਼ਿਆਦਾ ਡੂੰਘਾ ਕਹਿੰਦੇ ਆ ਵੀ ਉਹ ਨਹੀਂ ਸੀਗਾ ਤਕਰੀਬਨ 4 ਕੁ ਮੀਲ ਧਰਤੀ ਤੋਂ ਹੇਠਾਂ ਜਿਹੜਾ ਉਹ ਭੂਚਾਲ ਦਾ ਜਿਹੜਾ ਐਪੀ ਸੈਂਟਰ ਜਿਹੜਾ ਉਹ ਦੱਸਿਆ ਜਾਂਦਾ ਆ ਧੁਰਾ ਜਿਹੜਾ ਉਹ ਦੱਸਿਆ ਜਾਂਦਾ ਆ ਸੋ ਉੱਥੇ ਉਹ ਆਇਆ ਆ ਸੋ ਇੱਕ ਟਾਈਮ ਦੇ ਉੱਤੇ ਸੁਨਾਮੀ ਦਾ ਜਿਹੜਾ ਚਰਚਾ ਆ ਉਹ ਵੀ ਜਿਹੜਾ ਉਹ ਚੱਲ ਪਿਆ ਸੀ ਕਿਉਂਕਿ ਬਿਲਕੁਲ ਤੱਟ ਦੇ ਨਜ਼ਦੀਕ ਇਹ ਭੂਚਾਲ ਆਇਆ ਸੀਗਾ ਜੀ ਅਗਲੀ ਖਬਰ ਕੀਨੀਆ ਤੋਂ ਆ ਰਹੀ ਹੈ ਕੀਨੀਆ ਦੇ ਵਿੱਚ ਕਹਿੰਦੇ ਸਭ ਤੋਂ ਲੰਮਾ ਸਮਾਂ ਪ੍ਰੈਜ਼ੀਡੈਂਟ ਰਹਿਣ ਵਾਲਾ ਜਿਹੜਾ ਕੀਨੀਆ ਦਾ ਪ੍ਰੈਜ਼ੀਡੈਂਟ ਸੀ ਡੈਨੀਅਲ ਅਰਾਪ ਮੋਈ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ 95 ਸਾਲਾਂ ਦੇ ਕੀਨੀਆ ਦੇ ਜਿਹੜੇ ਪ੍ਰੈਜ਼ੀਡੈਂਟ ਡੈਨੀਅਲ ਅਰਾਪ ਮੋਈ ਆ ਉਹਨਾਂ ਨੇ 24 ਸਾਲ ਕੀਨੀਆ ਦੇ ਉੱਤੇ ਜਿਹੜਾ ਆ ਐਜ਼ ਏ ਪ੍ਰੈਜ਼ੀਡੈਂਟ ਰੂਲ ਕੀਤਾ ਹੈਗਾ ਕਹਿੰਦੇ ਵੀ 2 ਸਤੰਬਰ 1924 ਨੂੰ ਬਰਿੰਗੋ ਕਾਉਂਟੀ 'ਚ ਇਹ ਜਨਮਿਆ ਸੀ ਅਤੇ ਜਦੋਂ ਬ੍ਰਿਟਿਸ਼ ਵਾਲਿਆਂ ਨੇ ਇੰਡੀਪੈਂਡੈਂਸ ਦਿੱਤੀ ਕੀਨੀਆ ਨੂੰ ਅਤੇ ਇਹ ਸੈਕਿੰਡ ਪ੍ਰੈਜ਼ੀਡੈਂਟ ਸੀ ਇਸ ਨੇ 1978 ਤੋਂ ਲੈ ਕੇ 2002 ਤੱਕ ਉੱਥੇ ਰੂਲ ਕੀਤਾ ਅਤੇ ਨਿਕ ਨੇਮ ਉਹਦਾ ਜਿਹੜਾ ਕਹਿੰਦੇ ਪ੍ਰੋਫੈਸਰ ਆਫ ਪੋਲੀਟਿਕਸ ਕੀਨੀਅਨਸ ਨੇ ਰੱਖਿਆ ਹੋਇਆ ਸੀ ਇਹ ਪੰਜਾਬ ਦੇ ਕਈ ਪੋਲੀਟੀਸ਼ੀਅਨ ਦੇ ਨਾਲ ਨਾਂ ਜੁੜਦਾ ਇਹਦਾ ਇਸ ਹਿਸਾਬ ਦੇ ਨਾਲ ਪ੍ਰੋਫੈਸਰ ਨੇ ਪੋਲੀਟਿਕਸ ਦੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਸੈਂਟਾ ਕਲਾਰਾ ਕਾਉਂਟੀ ਦਾ ਇੱਕ ਜਿਹੜਾ ਆਪਣਾ ਡੈਪਟੀ ਜਿਹੜਾ ਸ਼ੈਰਿਫ ਸੀਗਾ ਉਹ ਇੱਕ ਹਿਸਾਬ ਦੇ ਨਾਲ ਬਾਲ ਬਾਲ ਕਹਿ ਲਓ ਵੀ ਉਹ ਬਚਿਆ ਆ ਅਤੇ ਉਸ ਦੇ ਉੱਤੇ ਇੱਕ ਐਮਬੁਸ਼ ਜਾਣੀ ਕਿ ਜਿੱਦਾਂ ਲੁੱਕ ਕੇ ਉਸ ਦੇ ਉੱਤੇ ਹਮਲਾ ਕੀਤਾ ਗਿਆ ਇੱਕ ਥਾਂ ਦੇ ਉੱਤੇ ਜਿਹੜਾ ਸੈਂਟਾ ਕਲਾਰਾ ਡੈਪਟੀ ਜਿਹੜਾ ਸ਼ੈਰਿਫ ਸੀਗਾ ਕਾਉਂਟੀ ਦਾ ਡੈਪਟੀ ਸ਼ੈਰਿਫ ਸੁਖਦੀਪ ਗਿੱਲ ਆਪਣਾ ਹੀ ਜਿਹੜਾ ਇਹ ਮੁੰਡਾ ਆ ਉਹਨਾਂ ਉਸ ਦੇ ਉੱਤੇ ਕਹਿੰਦੇ ਆ ਹਮਲਾ ਕੀਤਾ ਗਿਆ ਉਹ ਆਪਣੀ ਗੱਡੀ ਦੇ ਵਿੱਚ ਉਸ ਥਾਂ ਦੇ ਉੱਤੇ ਇੱਕ ਥਾਂ ਦੇ ਉੱਤੇ ਪਹੁੰਚਿਆ ਜਿਹੜਾ ਕਿ ਸੁੰਨਸਾਨ ਇਲਾਕਾ ਸੀ ਕਹਿੰਦੇ ਉੱਥੇ ਇੱਕ ਗੱਡੀ ਜਿਸ ਨੇ ਲਾਈਟਾਂ ਵੀ ਬੰਦ ਸੀ ਉਸ ਦੇ ਵਿੱਚੋਂ ਅਚਾਨਕ ਸੁਖਦੀਪ ਗਿੱਲ ਦੇ ਉੱਤੇ ਜਿਹੜੀ ਆ ਗੋਲੀ ਉਹ ਚੱਲੀ ਉਸ ਦੇ ਬਾਡੀ ਕੈਮ ਦੇ ਉੱਤੇ ਜਿਹੜੀ ਉਹ ਗੋਲੀ ਲੱਗੀ ਜਿਸ ਕਰਕੇ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ ਉਸ ਨੇ ਉਸ ਤੋਂ ਬਾਅਦ ਦੇ ਵਿੱਚ ਹੋਰ ਜਿਹੜੇ ਪੁਲਿਸ ਵਾਲੇ ਡਿਪਟੀਜ਼ ਆ ਸ਼ੈਰਿਫ ਆ ਉਹਨਾਂ ਨੂੰ ਜਿਹੜਾ ਉੱਥੇ ਉਹ ਸੱਦਿਆ ਅਤੇ ਫਿਰ ਉੱਥੇ ਉੱਥੋਂ ਫਿਰ ਬਾਅਦ ਦੇ ਵਿੱਚ ਜਿਹੜੀ ਉਸ ਦੀ ਗੱਡੀ ਨੂੰ ਟੋਅ ਕਰਕੇ ਅਤੇ ਉਸ ਨੂੰ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਲੈ ਕੇ ਆਏ ਨੇ ਸੋ ਇੱਕ ਕਹਿੰਦੇ ਤਕਰੀਬਨ ਸ਼ੁੱਕਰਵਾਰ ਦੀ ਰਾਤ ਨੂੰ ਇਹ 10:30 ਦੀ ਜਿਹੜੀ ਆ ਇਹ ਘਟਨਾ ਸੀਗੀ ਜਦੋਂ ਸੁਖਦੀਪ ਗਿੱਲ ਯੂਵਾਸ ਰੋਡ ਕਰਕੇ ਜਿਹੜੀ ਇੱਕ ਹੈਗੀ ਆ ਆਈ ਥਿੰਕ ਮੋਰਗਨ ਹਿੱਲ ਇਲਾਕੇ ਵਾਲੇ ਪਾਸੇ ਦੇ ਵਿੱਚ ਇਹ ਜਿਹੜੀ ਦੱਸੀ ਜਾਂਦੀ ਆ ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ ਸੋ ਸੁਨਸਾਨ ਜਿਹਾ ਜਿਹੜਾ ਉਹ ਇਲਾਕਾ ਸੀਗਾ ਸੋ ਰੱਬ ਦਾ ਸ਼ੁਕਰ ਆ ਵੀ ਉਹ ਉਸ ਦਾ ਜਿਹੜਾ ਉਹ ਬਚਾਅ ਇਸ ਦੇ ਵਿੱਚ ਹੋ ਗਿਆ ਉਸਨੇ ਬਾਡੀ ਆਰਮਰ
ਤੇ ਜਿਹੜਾ ਆ ਬਾਡੀ ਕੈਮਰਾ ਜਿਹੜਾ ਉਹ ਪਾਇਆ ਹੋਇਆ ਸੀ ਜਿਸ ਦੇ ਉੱਤੇ ਉਹਦੇ ਉੱਤੇ ਗੋਲੀ ਲੱਗੀ ਅਤੇ ਉਹਦੇ ਗੋਲੀ ਲੱਗਣ ਕਰਕੇ ਬਾਡੀ ਕੈਮ 'ਤੇ ਗੋਲੀ ਲੱਗਣ ਕਰਕੇ ਜਿਹੜਾ ਉਸਦਾ ਬਚਾਅ ਹੋ ਗਿਆ ਸੀ। ਬਿਲਕੁਲ, ਸੁਖਦੀਪ ਸਿੰਘ ਗਿੱਲ ਜਿਹੜਾ ਆ ਇਹ ਦਸਤਾਰਧਾਰੀ ਸਿੱਖ ਹੈਗਾ ਅਤੇ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਉਹ ਇਨਵੈਸਟੀਗੇਟ ਕਰ ਰਹੀ ਆ ਵੀ ਉਹਦੇ ਉੱਤੇ 4 ਗੋਲੀਆਂ ਚਲਾਈਆਂ ਗਈਆਂ। ਲੱਕੜੀ 3 ਕਾਰ 'ਤੇ ਲੱਗੀਆਂ ਅਤੇ ਚੌਥੀ ਜਿਹੜੀ ਆ ਉਹ ਬਾਡੀ ਕੈਮ 'ਤੇ ਲੱਗੀ ਅਤੇ ਕਹਿੰਦੇ ਵੀ ਇਹ ਅਸੀਂ ਇਨਵੈਸਟੀਗੇਟ ਕਰਨ ਜਾ ਰਹੇ ਹਾਂ ਵੀ ਇਹ ਰੇਸ ਕਰਕੇ ਉਹਦੇ ਗੋਲੀਆਂ ਚਲਾਈਆਂ ਜਾਂ ਕੋਈ ਉਹ ਡਰੱਗ ਜਾਂ ਗੈਂਗ ਰਿਲੇਟਡ ਸੀਗੇ। ਸੋ ਇਹ ਆਉਣ ਵਾਲੇ ਦਿਨਾਂ 'ਚ ਇਹ ਕਿਹਾ ਜਾ ਰਿਹਾ ਹੈ ਜਿਹੜੇ ਸ਼ੈਰਿਫ ਲੌਰੀ ਸਮਿਥ ਨੇ ਸੈਂਟਾ ਕਲਾਰਾ ਕਾਉਂਟੀ ਦੇ ਉਹਨਾਂ ਨੇ ਕਿਹਾ ਵੀ ਇਹ ਅਨਪ੍ਰਵੋਕ ਸੀਗਾ ਵੀ ਇਹ ਉੱਥੇ ਸਿਰਫ ਉੱਦਾਂ ਹੀ ਗਏ ਹੋਏ ਸੀਗੇ ਅਤੇ ਇਹਨਾਂ 'ਤੇ ਅਚਨਚੇਤੇ ਐਮਬੁਸ਼ ਸਟਾਈਲ ਜਿੱਦਾਂ ਕਹਿ ਲਓ ਵੀ ਜਿੱਦਾਂ ਗੁਰੀਲਾ ਵਾਰਫੇਅਰ ਜਿੱਦਾਂ ਕਰਦੇ ਹੁੰਦੇ ਸੀਗੇ ਉਸ ਤਰ੍ਹਾਂ ਦੇ ਨਾਲ ਲੁੱਕ ਛਿਪ ਕੇ ਇਹਨਾਂ 'ਤੇ ਜਿਹੜੀ ਗੋਲੀ ਉਹ ਚਲਾ ਦਿੱਤੀ ਗਈ। ਕਹਿੰਦੇ ਵੀ ਇਹ ਵੀ ਜਿਹੜੀਆਂ ਕਈ ਚਰਚਾਵਾਂ ਜਿਹੜੇ ਲੋਕ ਆ ਉਹ ਕਹਿ ਰਹੇ ਵੀ ਹੂ ਨੋਜ਼ ਵੀ ਇਹ ਗੈਂਗ ਇਨੀਸ਼ੀਏਸ਼ਨ ਵਾਲਾ ਨਾ ਕੋਈ ਜਿਹੜਾ ਮਸਲਾ ਇਸ ਦੇ ਵਿੱਚ ਹੋਵੇ ਕਿਉਂਕਿ ਪ੍ਰੀ ਮੈਡੀਟੇਟਿਡ ਅਟੈਂਪਟਿਡ ਮਰਡਰ ਆਫ ਲਾ ਇਨਫੋਰਸਮੈਂਟ ਆਫਿਸਰਸ ਦੇ ਚਾਰਜਿਜ਼ ਹੇਠ ਜੇ ਕੋਈ ਫੜਿਆ ਜਾਂਦਾ ਤਾਂ ਉਹਦੇ ਉੱਤੇ ਉਸ ਉਹਨਾਂ ਦੋਸ਼ਾਂ ਹੇਠ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ ਅਤੇ ਸਭ ਨੂੰ ਹੀ ਪਤਾ ਆ ਵੀ ਉਸ ਦੀ ਕਾਫੀ ਭਿਆਨਕ ਜਿਹੜੀ ਸਜ਼ਾ ਆ ਉਹ ਹੋਵੇਗੀ। ਹਾਲ ਦੀ ਘੜੀ ਕਹਿੰਦੇ ਵੀ ਜਿਹੜੇ ਸੁਖਦੀਪ ਗਿੱਲ ਨੂੰ ਇਹ ਵੀ ਅਜੇ ਕਨਫਰਮ ਨਹੀਂ ਹੈਗਾ ਵੀ ਉਸ ਜਿਸ ਜਿਹੜੀ ਕਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਉਹਦੇ ਵਿੱਚ ਕਿੰਨੇ ਜਾਣੇ ਸੀ, ਇੱਕ ਜਾਣਾ ਸੀ, ਦੋ ਜਾਣੇ ਸੀ ਜਾਂ ਉਸ ਤੋਂ ਵੱਧ ਜਿਹੜੇ ਉਹ ਜਾਣੇ ਸੀਗੇ ਕਿਉਂਕਿ ਲਾਈਟਾਂ ਜਿਹੜੀਆਂ ਆ ਉਸ ਕਾਰ ਦੀਆਂ ਉਹ ਬੰਦ ਪਈਆਂ ਸੀ ਜਿੱਦਾਂ ਹੀ ਉਹ ਲਾਗੋਂ ਉਹ ਲੰਘ ਰਹੇ ਸੀ ਅਤੇ ਉਹਦੇ ਉੱਤੇ ਇਸ ਕਾਰ ਨੇ ਜਿਹੜਾ ਹਮਲਾ ਉਹ ਕਰ ਦਿੱਤਾ ਸੀ ਜੀ। ਅਗਲੀ ਖਬਰ ਜਿਹੜੀ ਆ ਸਟਾਕ ਮਾਰਕੀਟ ਨੂੰ ਲੈ ਕੇ ਆ, ਚਾਈਨਾ ਦੀ ਇਕੋਨਮੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਸਿੰਕ ਹੋ ਰਹੀ ਆ। 8-9% ਦੇ ਕਰੀਬ ਜਿਹੜੀ ਆ ਉਹਨਾਂ ਦੀ ਸਟਾਕ ਮਾਰਕੀਟ ਡਾਊਨ ਗਈ ਸੀ ਅਤੇ ਉਹਨਾਂ ਨੇ ਆਪਣੇ ਬਿਲੀਅਨਸ ਆਫ ਓਆਨ ਜਿਹੜੀ ਉੱਥੇ ਦੀ ਕਰੰਸੀ ਹੈਗੀ ਆ ਉਹਨੂੰ ਇੰਜੈਕਟ ਕੀਤਾ ਹੈਗਾ। ਪਰ ਦੂਸਰੇ ਪਾਸੇ ਜਿਹੜੀ ਸਾਡੀ ਸਟਾਕ ਮਾਰਕੀਟ ਆ USA ਦੇ ਵਿੱਚ ਉਹ ਅੱਜ 500 points ਜਿਹੜੀ ਆ ਉੱਪਰ ਗਈ ਆ। ਸੋ ਈਵਨ ਖੁਦ ਜਿਹੜੇ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਲੋਕ ਹੈਗੇ ਆ ਉਹ ਕਹਿੰਦੇ ਵੀ ਸਾਨੂੰ ਖੁਦ ਨਹੀਂ ਪਤਾ ਚੱਲ ਰਿਹਾ। ਈਵਨ ਇੱਕ ਤਰ੍ਹਾਂ ਦੇ ਨਾਲ ਗਲੋਬਲੀ ਕਰੋਨਾ ਵਾਇਰਸ ਆਊਟਬ੍ਰੇਕ ਆ, ਐਡਾ ਵੱਡਾ ਹੈਲਥ ਇਸ਼ੂ ਆ, ਸਟਿਲ ਉਹਦੇ ਬਾਵਜੂਦ ਜਿਹੜੀ ਸਟਾਕ ਮਾਰਕੀਟ ਆ ਐਜ਼ ਆਫ ਨਾਓ 502 points ਜਿਹੜੀ ਆ ਉਹ ਅੱਪ ਗਈ ਹੈਗੀ ਜੀ। ਬਿਲਕੁਲ, ਸੋ ਤਕਰੀਬਨ ਉਸ ਰੇਂਜ ਦੇ ਵਿੱਚ ਅੱਜ ਜਿਹੜੀ ਹਾਲ ਦੀ ਘੜੀ ਉੱਤੇ ਨੂੰ ਉਹ ਚੱਲ ਰਹੀ ਹੈਗੀ ਆ। ਜਿਹੜੀ ਇੰਪੀਚਮੈਂਟ ਟ੍ਰਾਇਲ ਦੇ ਉੱਤੇ ਜੇ ਹਰਜੋਤ ਸਿੰਘ ਜੀ ਆਪਾਂ ਅਪਡੇਟ ਜਿਹੜੇ ਕਰਦੇ ਜਾਈਏ ਤਾਂ ਜਿਹੜੇ ਮਿਚ ਮਕੋਨਲ ਹੈਗੇ ਨੇ ਸੈਨੇਟ ਦੇ GOP ਦੇ ਮੈਜੋਰਟੀ ਲੀਡਰ, ਉਹਨਾਂ ਨੇ ਜਿਹੜਾ ਉਹ ਅਧਿਕਾਰਤ ਤੌਰ ਦੇ ਉੱਤੇ ਆਖਿਆ, ਕਹਿੰਦੇ ਵੀ ਸਾਡੇ ਕੋਲ ਅਧਿਕਾਰਤ ਤੌਰ ਦੇ ਉੱਤੇ ਇਨਫ ਵੋਟਸ ਹੈਗੀਆਂ ਆ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜਾ ਸੈਨੇਟ ਦੇ ਵਿੱਚੋਂ ਅਕਵਿਟ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਪੋਲੀਟੀਕੋ ਦੇ ਦੁਆਰਾ ਇਹ ਜਿਹੜਾ ਇੱਕ ਵਿਪ ਕਾਊਂਟ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਗਿਆ। ਸੋ ਕਹਿੰਦੇ ਵੀ ਮੋਰ ਦੈਨ 34 ਜਿਹੜੇ ਸੈਨੇਟਰ ਆ ਉਹਨਾਂ ਨੇ ਇਹ ਕਨਫਰਮ ਕਰ ਦਿੱਤਾ ਵੀ ਉਹ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਇਸ ਜਿਹੜੇ ਦੋਸ਼ਾਂ ਦੇ ਵਿੱਚ ਮਹਾਂਦੋਸ਼ ਉਹਨਾਂ ਉੱਤੇ ਜਿਹੜੇ ਲਾਏ ਗਏ ਆ ਉਹਨਾਂ ਵਿੱਚ ਬਰੀ ਕੀਤਾ ਜਾਵੇਗਾ। ਸੋ ਡੈਮੋਕ੍ਰੇਟਸ ਨੂੰ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੇ ਲਈ, ਇੰਪੀਚ ਕਰਨ ਦੇ ਲਈ, ਮਹਾਂਦੋਸ਼ਾਂ ਦਾ ਦੋਸ਼ੀ ਕਰਾਰ ਦੇਣ ਦੇ ਲਈ 67 ਜਿਹੜੇ ਆ ਉਹ ਸੈਨੇਟਰਸ ਦੀ ਜ਼ਰੂਰਤ ਆ। ਉਹਨਾਂ ਦੇ ਕੋਲ ਉਹਨਾਂ ਦੀ ਪਾਰਟੀ ਲਾਈਨ ਦੇ ਆਧਾਰ ਦੇ ਉੱਤੇ 47 ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਸੀਗੀਆਂ। 20 ਹੋਰ ਜਿਹੜੇ ਸੈਨੇਟਰਸ ਆ ਰਿਪਬਲਿਕਨ ਪਾਰਟੀ ਵੱਲੋਂ ਉਹ ਉਹਨਾਂ ਨੂੰ ਚਾਹੀਦੇ ਸੀਗੇ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਇੰਪੀਚ ਆ ਉਹ ਕੀਤਾ ਜਾ ਸਕੇ, ਪਰ ਜਿਹੜੇ ਮਿਚ ਮਕੋਨਲ ਆ ਉਹਨਾਂ ਨੇ ਇਹ ਦੱਸਿਆ ਵੀ 34 ਸੈਨੇਟਰ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਬਰੀ ਕਰਨ ਦੇ ਹੱਕ ਦੇ ਵਿੱਚ ਉਹ ਹੈਗੇ ਨੇ। ਸੋ ਇੱਕ ਹਿਸਾਬ ਦੇ ਨਾਲ ਜਿਹੜਾ ਇੰਪੀਚਮੈਂਟ ਦੀ ਜਦੋਂ ਇਕਵਿਟਲ ਜਾਂ ਉਹਨਾਂ ਨੂੰ ਇੰਪੀਚ ਕਰਨ ਦਾ ਜਿਹੜਾ ਉਹ ਵੋਟ ਹੋਣੀ ਆ ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਆਸਾਨੀ ਦੇ ਨਾਲ ਜਿਹੜਾ ਉਹ ਬਰੀ ਕਰ ਦਿੱਤਾ ਜਾਵੇਗਾ ਜੀ। ਅਗਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਆਰਕਿਓਲੋਜਿਸਟ ਨੇ 7000 years ਪੁਰਾਣਾ ਜਿਹੜਾ ਇੱਕ ਖੂਹ ਆ ਉਹ ਲੱਭਿਆ ਹੈਗਾ ਅਤੇ ਕਹਿੰਦੇ ਇਹ ਸਭ ਦੁਨੀਆ ਦਾ ਸਭ ਤੋਂ ਪੁਰਾਣਾ ਖੂਹ ਆ ਜਿਹੜਾ ਕਿ ਜਿਹੜੀਆਂ ਪੁਰਾਣੀਆਂ ਵੁਡਨ ਜਿਹੜੀ ਲੱਕੜੀ ਦੇ ਨਾਲ ਬਣਿਆ ਹੋਇਆ ਹੈਗਾ ਆ। 5256 BC ਦੇ ਵਿੱਚ ਕਹਿੰਦੇ ਫਾਰਮਰਸ ਨੇ ਇਹ ਜਿਹੜਾ ਖੂਹ ਬਣਾਇਆ ਸੀ ਚੈਸਟ ਰਿਪਬਲਿਕ ਜਿਹੜੀ ਆ ਉੱਥੇ ਇਹ ਆਰਕਿਓਲੋਜਿਸਟ ਆ ਜਿਹੜਾ ਉਹਨਾਂ ਨੇ ਲੱਭਿਆ ਹੈਗਾ। ਕਹਿੰਦੇ ਵੀ ਜਿਹੜੀ ਉਸ ਟਾਈਮ ਦੀ ਈਵਨ ਜਿਹੜੀ ਲੱਕੜੀਆਂ ਆ ਉਹਨਾਂ ਨੂੰ ਹੁਣ ਉਹ ਪ੍ਰਜ਼ਰਵ ਕਰਨ ਦੀ ਜਿਹੜੀ ਟਰਾਈ ਕਰ ਰਹੇ ਹੈਗੇ ਆ। ਪਰ ਕਹਿੰਦੇ ਜਿਸ ਤਰ੍ਹਾਂ ਇਸ ਖੂਹ ਨੂੰ ਬਣਾਇਆ ਗਿਆ ਸੀ ਇਸ ਤੋਂ ਇਹ ਲੱਗਦਾ ਵੀ ਇੰਨੇ 1000 years ਪਹਿਲਾਂ ਜਿਹੜਾ ਉਹ ਖੂਹ ਜਿਨ੍ਹਾਂ ਨੇ ਵੀ ਬਣਾਇਆ ਉਹ ਕਾਫੀ ਟੈਕਨੀਕਲੀ ਕਹਿੰਦੇ ਕਾਫੀ ਉਹ ਐਡਵਾਂਸ ਸੀਗਾ।
ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕਹਿੰਦੇ ਵੀ ਇੱਕ ਬੱਚੀ ਦੀ ਮੌਤ ਹੋ ਗਈ ਆ ਅਤੇ 5 ਜਣੇ ਹੋਰ ਜ਼ਖਮੀ ਹੋਏ ਨੇ। ਜਦ ਕਹਿੰਦੇ ਇੱਕ ਪਿਕਅਪ ਆ, ਇੱਕ ਆਲਰੇਡੀ ਪਰਿਵਾਰ ਦੇ ਜਿਹੜਾ ਆ ਉਹ ਬੱਚਾ ਮਾਰਿਆ ਗਿਆ ਸੀਗਾ, ਉੱਥੇ ਜਿਹੜਾ ਸ਼ੋਗ ਜਿਹੜਾ ਉਹ ਕਰ ਰਹੇ ਸੀ ਅਤੇ ਉਸੇ ਥਾਂ ਦੇ ਉੱਤੇ ਜਿਹੜਾ ਪਿਕਅਪ ਆ ਉਹਨਾਂ ਦੇ ਵਿੱਚ ਜਿਹੜਾ ਜਾ ਵੱਜਾ, ਜਿਸ ਦੇ ਵਿੱਚ ਜਿਹੜੀ ਉੱਥੇ ਇੱਕ ਕੁੜੀ ਦੀ ਉਹ ਮੌਤ ਹੋ ਗਈ ਅਤੇ 5 ਲੋਕ ਹੋਰ ਜਿਹੜੇ ਆ ਉਹ ਜ਼ਖਮੀ ਹੋ ਗਏ ਆ। ਇਹ ਓਕਲਾਹੋਮਾ ਜਿਹੜੀ ਕ੍ਰੋਸ ਕੰਟਰੀ ਟੀਮ ਦੇ ਨਾਲ ਜਿਹੜੀ ਇਹ ਚੀਜ਼ ਉੱਥੇ ਇਹ ਵਾਪਰੀ ਹੈਗੀ ਆ। ਮੂਰ ਹਾਈ ਸਕੂਲ ਉੱਥੇ ਜਿਹੜਾ ਹੈਗਾ ਆ ਉਸ ਉੱਥੇ ਦਾ ਜਿਹੜਾ ਸੀਨੀਅਰ ਰੈਚਲ ਫਰੀਮੈਨ ਆ ਉਸ ਦੀ ਜਿਹੜੀ ਇਸ ਦੇ ਵਿੱਚ ਮੌਤ ਹੋ ਗਈ ਆ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਇਹ ਖਬਰ ਆ ਉਹ ਵਾਪਰੀ ਆ ਵੀ ਓਕਲਾਹੋਮਾ ਦੀ ਕ੍ਰੋਸ ਕੰਟਰੀ ਟੀਮ ਆ ਉਹਨਾਂ ਦੇ ਵਿੱਚ ਜਿਹੜਾ ਜਾ ਕੇ ਇਹ ਗੱਡੀ ਵੱਜੀ ਅਤੇ ਉੱਥੇ ਜਿਹੜੀ ਮੌਤ ਹੋਈ ਆ। ਜੀ ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਬਾਈਸਾਈਕਲਿਸਟ ਜਿਹੜਾ ਸੀ ਸਾਈਕਲ ਸਵਾਰ ਸੀਗਾ ਉਹ ਜਾ ਰਿਹਾ ਸੀ 24 ਸਟਰੀਟ 'ਤੇ ਫਲੋਰਨ ਰੋਡ 'ਤੇ ਜਦੋਂ ਇੱਕ ਕਾਰ ਵਾਲਾ ਜਿਹੜਾ ਆ ਉਹਨੂੰ ਮਾਰ ਕੇ ਉੱਥੋਂ ਭੱਜ ਗਿਆ। ਸੋ ਕੈਲੀਫੋਰਨੀਆ ਨਹੀਂ ਪੂਰੇ USA ਦੇ ਵਿੱਚ ਜਿਹੜੇ ਜਦੋਂ ਤੁਸੀਂ ਤੁਰ ਕੇ ਜਾਂਦੇ ਆ ਸਾਈਕਲ 'ਤੇ ਜਾਂਦੇ ਆ ਇਹ ਬੜਾ ਰਿਸਕੀ ਹੈਗਾ ਅਤੇ ਬਹੁਤ ਹੀ ਜਿਹੜਾ ਧਿਆਨ ਦੇ ਨਾਲ ਜਾਣਾ ਚਾਹੀਦਾ ਹੈਗਾ। ਸੋ ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ ਜਿਹੜਾ ਛੱਡਿਆ ਹੈਗਾ 916-264-5474 ਜੇ ਕਿਸੇ ਨੂੰ ਇਹਦੇ ਬਾਰੇ ਜਿਹੜੀ ਆ ਇਨਫੋਰਮੇਸ਼ਨ ਹੋਵੇ ਤਾਂ ਪੁਲਿਸ ਨੂੰ ਕਾਲ ਕਰ ਸਕਦਾ ਹੈਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕਹਿੰਦੇ ਐਲਫਾਬੈਟ ਜਿਹੜੀ ਗੂਗਲ ਦੀ ਪੇਰੈਂਟ ਕੰਪਨੀ ਆ ਜਾਂ ਯੂਟਿਊਬ ਦੀ ਜਿਹੜੀ ਪੇਰੈਂਟ ਕੰਪਨੀ ਆ ਉਹਨਾਂ ਨੇ ਪਹਿਲੀ ਵਾਰੀ ਜਿਹੜਾ ਉਹ ਦੱਸਿਆ ਵੀ ਯੂਟਿਊਬ ਨੇ ਉਹਨਾਂ ਨੂੰ ਇਸ ਸਾਲ ਦੇ ਵਿੱਚ ਕਿੰਨਾ ਜਿਹੜਾ ਮੁਨਾਫਾ ਆ ਜਾਂ ਕਿੰਨੇ ਡਾਲਰ ਜਿਹੜੇ ਆ ਉਹ ਕਮਾਏ ਨੇ। ਯੂਟਿਊਬ ਨੂੰ ਇਸ ਸਾਲ ਦੇ ਵਿੱਚ $15 billion $15 billion ਬੀ ਵਿਦ ਬੋਏ ਵਾਲਾ ਉਹ ਜਿਹੜੇ ਉਹਨਾਂ ਨੇ ਕਮਾਈ ਜਿਹੜੀ ਕੀਤੀ ਹੈ ਇੰਨਾ ਐਡ ਰੈਵਨਿਊ ਯੂਟਿਊਬ ਤੋਂ ਉਹਨਾਂ ਨੇ ਜਨਰੇਟ ਕੀਤਾ ਹੈ। ਅਲਫਾਬੈਟ ਦੇ CEO ਸੁੰਦਰ ਪਿਚਈ ਆ ਉਹਨਾਂ ਨੇ ਪਹਿਲੀ ਵਾਰੀ ਇਹ ਜਿਹੜੀ ਕੁਆਟਰਲੀ ਅਰਨਿੰਗ ਰਿਲੀਜ਼ ਆ ਐਜ਼ ਏ ਹੈੱਡ ਆਫ ਕੰਪਨੀ ਦੇ ਵਿੱਚ ਇਹ ਅੰਕੜਾ ਜਿਹੜਾ ਉਹ ਜਾਰੀ ਕੀਤਾ ਹੈਗਾ ਆ। ਸੋ ਕਹਿੰਦੇ ਵੀ $15 billion ਉਹਨਾਂ ਨੇ ਕੁੱਲ 2019 ਦੇ ਵਿੱਚ ਯੂਟਿਊਬ ਨੇ ਜਿਹੜਾ ਕਮਾਈ ਕੀਤੀ ਹੈ, ਜਿਨ੍ਹਾਂ ਵਿੱਚੋਂ $5 billion ਸਿਰਫ ਚੌਥੇ ਕੁਆਟਰ ਦੇ ਵਿੱਚ ਹੀ ਉਹਨਾਂ ਨੇ ਕਮਾਈ ਕੀਤੀ ਹੈ। ਸੋ ਕਹਿੰਦੇ ਵੀ ਇਸ ਅੰਕੜਿਆਂ ਦੇ ਵਿੱਚ ਯੂਟਿਊਬ ਦੇ ਨੋਨ ਐਡਵਰਟਾਈਜ਼ਮੈਂਟ ਰੈਵਨਿਊ ਜਿੱਦਾਂ ਸਬਸਕ੍ਰਿਪਸ਼ਨ ਹੈਗੀ ਯੂਟਿਊਬ TV ਦੀ ਉਹ ਇਸ ਨੂੰ ਜਿਹੜਾ ਆ ਉਹਨਾਂ ਨੇ ਐਡ ਨਹੀਂ ਸੀ ਕੀਤਾ। ਸੋ ਜਿਹੜੇ ਗੂਗਲ ਦਾ ਯੂਟਿਊਬ ਦਾ ਜਿਹੜਾ ਲਗਾਤਾਰ ਬੇਸ ਆ ਐਡ ਰੈਵਨਿਊ ਜਿਹੜੀ ਜਨਰੇਸ਼ਨ ਆ ਉਹ ਲਗਾਤਾਰ ਵੱਧਦੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਓਵਰਆਲ ਜਿਹੜੇ ਐਨਾਲਿਸਟ ਉਹ ਕਹਿ ਰਹੇ ਆ ਵੀ 17-18% ਇਹਨਾਂ ਦਾ ਰੈਵਨਿਊ ਜਿਹੜਾ ਉਹ ਜੰਪ ਹੋਇਆ ਆ। ਸੋ ਕਹਿੰਦੇ ਵੀ ਕੰਪਨੀ ਜਿਹੜੀ ਓਵਰਆਲ $46-47 billion ਦੀ ਓਵਰਆਲ ਗਰੋਥ ਜਿਹੜੀ ਆ ਉਹ ਦੱਸ ਸਕਦੀ ਆ ਇਸ ਕੁਆਟਰ ਦੇ ਅੰਤ ਤੱਕ। ਜੀ ਸੋ ਇਲੈਕਸ਼ਨ ਨੂੰ ਲੈ ਕੇ ਦੱਸ ਦਈਏ ਰਾਜਕਨਵੀਰ ਸਿੰਘ ਜੀ, ਕਿਉਂਕਿ ਇਲੈਕਸ਼ਨ ਦਾ ਸਮਾਂ ਹੁਣ ਲਾਗੇ ਆ ਰਿਹਾ। March 3 ਨੂੰ ਇਲੈਕਸ਼ਨ ਹੋਣੀ ਆ ਕੈਲੀਫੋਰਨੀਆ ਦੇ ਵਿੱਚ, ਅਤੇ ਤੁਹਾਡੇ ਘਰਾਂ ਦੇ ਵਿੱਚ ਆਲਰੇਡੀ ਜਿਹੜੇ ਆ ਵੈਲਟਸ ਜਿਹੜੇ ਸੈਂਪਲ ਵੈਲਟਸ ਉਹ ਆਉਣੇ ਸ਼ੁਰੂ ਹੋ ਗਏ ਆ। ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹ ਵੀ ਆਪਣਾ ਆਪਣਾ ਮਟੀਰੀਅਲ ਉਹਨਾਂ ਨੇ ਭੇਜਣਾ ਸ਼ੁਰੂ ਕਰ ਦਿੱਤਾ। ਸੋ ਪਲੀਜ਼ ਸਾਰੇ ਹੀ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਬਿਲੋਂਗ ਕਰੋ, ਸਾਰੇ ਹੀ ਧਿਆਨ ਦੇ ਨਾਲ ਪੜ੍ਹੋ ਕੌਣ ਕਿਹੜੇ ਇਸ਼ੂ 'ਤੇ ਖੜ੍ਹਾ ਆ। ਆਪਾਂ ਵੀ ਜ਼ਰੂਰ ਟਰਾਈ ਕਰਾਂਗੇ ਕੁਛ ਜਿਹੜੀਆਂ ਕੋਈ ਜਿਹੜੀਆਂ ਪ੍ਰੋਪੋਜੀਸ਼ਨਸ ਆ ਰਹੀਆਂ ਜਾਂ ਕੈਂਡੀਡੇਟਸ ਆ ਉਹਨਾਂ ਦੇ ਬਾਰੇ ਦੱਸਣ ਨੂੰ। ਬਾਕੀ ਪ੍ਰੈਜੀਡੈਂਸ਼ੀਅਲ ਕੈਂਡੀਡੇਟ ਬਾਰੇ ਤਾਂ ਹੁਣ ਸਾਰਿਆਂ ਨੂੰ ਨੌਲੇਜ ਹੈਗਾ ਹੀ ਆ, ਚਾਹੇ ਉਹ ਡੈਮੋਕ੍ਰੇਟਿਕ ਪਾਰਟੀ ਦੇ, ਰਿਪਬਲਿਕਨ ਦੇ, ਤਾਂ ਹਜੇ ਤੱਕ ਪ੍ਰੈਜੀਡੈਂਟ ਡੋਨਲਡ ਟਰੰਪ ਹੀ ਆ। ਅਤੇ ਉਹਨਾਂ ਦਾ ਉਹ ਜਿਹੜਾ ਮਟੀਰੀਅਲ ਆ ਉਹਨੂੰ ਗਰਵ 'ਚ ਨਾ ਸਿੱਟਿਆ ਕਰੋ, ਉਹਨੂੰ ਜ਼ਰੂਰ ਧਿਆਨ ਦੇ ਨਾਲ ਪੜ੍ਹੋ ਤਾਂ ਕਿ ਤੁਹਾਨੂੰ ਨੌਲੇਜ ਹੋਵੇ ਅਤੇ ਜਿੱਦਣ ਵੋਟ ਪਾਉਣੀ ਆ ਅਤੇ ਕਿਸੇ ਦੇ ਕਹੇ ਨਾਲੋਂ ਆਪ ਤੁਸੀਂ ਖੁਦ ਸੋਚ ਸਕੋ ਵੀ ਅਸੀਂ ਜਿਹੜੀ ਵੋਟ ਆ ਉਹ ਕਿਹਨੂੰ ਪਾਈਏ। ਜੀ ਬਿਲਕੁਲ। ਸੋ ਅਜੇ ਤਾਂ ਸੈਂਪਲ ਬੈਲਟ ਆ ਰਿਹਾ ਅਤੇ ਪਰ ਬਹੁਤ ਹੀ ਜਲਦ ਜਿਹੜੇ ਘਰਾਂ ਦੇ ਵਿੱਚ ਓਫੀਸ਼ੀਅਲ ਬੈਲਟ ਆ ਉਹ ਪਹੁੰਚਣੇ ਜਿਹੜੇ ਉਹ ਸ਼ੁਰੂ ਹੋਣਗੇ ਆਈ ਥਿੰਕ ਇਸ ਮਹੀਨੇ ਦੇ ਅਗਲੇ ਹਫ਼ਤੇ ਤੱਕ ਜਿਹੜੇ ਉਹਨਾਂ ਨੇ ਮੇਲ ਇਨ ਕਰਨੇ ਜਿਹੜੇ ਉਹ ਸ਼ੁਰੂ ਕਰਨੇ ਆ। ਸੋ ਘਰਾਂ ਦੇ ਵਿੱਚ ਜਿਹੜੇ ਐਬਸੈਂਟੀ ਬੈਲਟ ਪਹੁੰਚਣੇ ਸ਼ੁਰੂ ਹੋਣਗੇ। ਮਜੋਰਟੀ ਜਿਹੜੇ ਲੋਕ ਆ ਜ਼ਿਆਦਾਤਰ ਆਪਣੀ ਕਮਿਊਨਿਟੀ ਵਾਲੇ ਜਿਹੜੇ ਐਬਸੈਂਟੀ ਬੈਲਟ ਨੂੰ ਵੀ ਜਿਹੜੀ ਉਹ ਤਰਜੀਹ ਦਿੰਦੇ ਆ। ਸੋ ਡੈਫੀਨੇਟਲੀ ਜਦੋਂ ਐਬਸੈਂਟੀ ਬੈਲਟ ਜਿਹੜੇ ਉਹ ਪਹੁੰਚ ਜਾਣ ਮੇਕ ਸ਼ੋਰ ਕਰੋ ਵੀ ਤੁਹਾਡੇ ਨਾਂ ਦਾ ਜਿਹੜਾ ਹੋਵੇ, ਕਿਸੇ ਦਾ ਵੋਟ ਪਾ ਕੇ ਆਪਣੇ ਸਾਈਨ ਕਰਕੇ ਜਿਹੜਾ
ਐਵੇਂ ਨਾ ਜਿਹੜਾ ਉਹ ਘੱਲ ਦਿਓ। ਬਹੁਤ ਵੱਡਾ ਕ੍ਰਾਈਮ ਆ, ਫੈਡਰਲ ਕ੍ਰਾਈਮ। ਗਲਤ ਵੋਟ ਪਾਉਣੇ ਆ ਕਿਸੇ ਦੇ ਲਈ ਪਾਉਣੇ ਹੈਗੇ ਕਿਸੇ ਦੇ ਗਲਤ ਵੋਟ ਤੋਂ ਭਾਵ ਵੀ ਤੁਹਾਡੀ ਵੋਟ ਬਣੀ ਨਹੀਂ ਹੋਈ ਤਾਂ ਤੁਸੀਂ ਵੋਟ ਪਾ ਦਿੰਦੇ ਆ, ਨਕਲੀ ਵੋਟ ਜਿਹੜੀ ਇੱਕ ਹਿਸਾਬ ਦੇ ਨਾਲ ਤੁਸੀਂ ਪਾ ਦਿੰਦੇ ਹੋ ਉਹ ਨਹੀਂ ਜਿਹੜੀ ਤੁਸੀਂ ਕਰ ਸਕਦੇ। ਸੋ ਕਿਸੇ ਦੇ ਲਈ ਨਹੀਂ ਤੁਸੀਂ ਜਿਹੜਾ ਉਹ ਪਾ ਸਕਦੇ, ਕਿਸੇ ਦੀ ਬੈਲਟ ਦੇ ਉੱਤੇ ਤੁਸੀਂ ਜਿਹੜਾ ਖੁਦ ਸਾਈਨ ਜਿਹੜਾ ਉਹ ਨਹੀਂ ਕਰ ਸਕਦੇ, ਕਿਸੇ ਦੇ ਘਰੋਂ ਚੱਕ ਕੇ ਨਹੀਂ ਲਿਜਾ ਸਕਦੇ। ਇਹ ਵੀ ਜਿਹੜੀ ਆ ਬਹੁਤ ਗਲਤ ਗੱਲ ਹੈਗੀ ਆ। ਪਿਛਲੇ ਦਿਨਾਂ 'ਚ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਵੀ ਕਈ ਇੱਕ ਦੂਜੇ ਦੇ ਕਹੇ ਕਹਿੰਦੇ ਕੋਈ ਨਹੀਂ ਜੀ ਆਹ ਵੋਟ ਲੈ ਜਾ ਤਾਂ ਮੇਰੀ ਪਾ ਦੀ। ਇਹ ਰੋਂਗ, ਆਪ ਪਾ ਕੇ ਭਾਈ ਜਿਹੜਾ ਡਰੋਪ ਆਫ ਜਿਹੜੀ ਆ ਕਰਕੇ ਆਓ, ਉਸ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਸੀਂ ਡੈਫੀਨੇਟਲੀ ਤੁਹਾਨੂੰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਖਾਸ ਕਰਕੇ ਲੋਕਲ ਇਲੈਕਸ਼ਨ ਦੇ ਵਿੱਚ ਇਹ ਬਹੁਤ ਮਾਇਨੇ ਰੱਖਦੀਆਂ, ਕਿਉਂਕਿ ਉਹਦੇ ਵਿੱਚ ਵੋਟਾਂ ਘੱਟ ਪੈਂਦੀਆਂ ਇਹੋ ਜਿਹੀਆਂ ਜਿਹੜੇ ਦੌਰਾਨ, ਅਤੇ ਜਿਹੜਾ ਬਾਜੀ ਮਾਰ ਜਾਂਦਾ ਉਹ ਫਿਰ ਉਹ ਬਾਜੀ ਮਾਰ ਜਾਂਦਾ। ਸੋ ਇਸ ਲਈ ਧਿਆਨ ਰੱਖਣ ਦੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਅਤੇ ਪਰ ਵੋਟ ਆਪਣੀ ਜਿਨ੍ਹਾਂ ਦੀ ਬਣੀ ਹੋਈ ਆ ਉਹ ਜ਼ਰੂਰ ਪਾਓ। ਸਿਰਫ ਅਤੇ ਸਿਰਫ US ਦਾ ਸਿਟੀਜ਼ਨ, 18 ਸਾਲ ਤੋਂ ਉਮਰ ਤੋਂ ਉੱਤੇ ਵਾਲਾ ਜਿਹਨੇ ਵੋਟ ਦੇ ਲਈ ਰਜਿਸਟਰ ਕੀਤਾ ਹੋਇਆ ਉਹੀ ਵੋਟ ਜਿਹੜਾ ਉਹ ਪਾ ਸਕਦਾ ਆ। ਇਹ ਨਾ ਹੋਵੇ ਕਈ ਕਿਸੇ ਨੂੰ ਕਹੇ ਵੀ ਚੱਲ ਤੂੰ ਗ੍ਰੀਨ ਕਾਰਡ ਆ ਦੀਆਂ ਅਤੇ ਤੂੰ ਇਹ ਆ ਤੂੰ ਆ ਪਾ ਦੇ ਵੋਟ। ਨਹੀਂ, ਟੋਟਲੀ ਰੋਂਗ ਆ। ਉਸ ਚੀਜ਼ ਦੇ ਵਿੱਚ ਫੜੇ ਗਏ, ਕੈਦ ਦੇ ਨਾਲ ਨਾਲ ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਵੀ ਤੁਸੀਂ ਲੂਜ਼ ਕਰ ਜਾਓਗੇ। ਸੋ ਇਸ ਦੇ ਲਈ ਇਹ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਬਾਕੀ ਵੋਟ ਜਿਹੜੀ ਉਹ ਤੁਸੀਂ ਜ਼ਰੂਰ ਪਾਉਣੀ ਆ। ਬਹੁਤ ਸਾਰੇ ਲੋਕਲ ਇਸ਼ੂਜ਼ ਹੁੰਦੇ ਆ ਕਈ ਕਾਊਂਟੀਜ਼ ਨੂੰ ਲੈ ਕੇ, ਕਈ ਸ਼ਹਿਰਾਂ ਨੂੰ ਲੈ ਕੇ, ਉਹਨਾਂ ਨੂੰ ਜਿਹੜਾ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ, ਕਿਉਂਕਿ ਜਿਹੜੇ ਫੰਡਸ ਕਿਸ ਹਿਸਾਬ ਦੇ ਨਾਲ ਤੁਹਾਡੇ ਜਿਹੜੇ ਉਹ ਯੂਜ਼ ਹੋਣੇ ਆ, ਕੀ ਟੈਕਸ ਵੱਧ ਰਿਹਾ ਆ, ਕੀ ਘੱਟ ਰਿਹਾ ਆ, ਕੋਈ ਨਵੀਂ ਇਸ ਦੇ ਉੱਤੇ ਕਿਹੜੀ ਚਰਚਾ ਹੋ ਰਹੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਲਿਖੀਆਂ ਹੁੰਦੀਆਂ ਨੇ। ਉਹਨਾਂ ਨੂੰ ਪੜ੍ਹ ਕੇ ਨਿਆਣਿਆਂ ਦੇ ਨਾਲ, ਜੇ ਤੁਸੀਂ ਨਿਆਣਿਆਂ ਤੋਂ ਸਲਾਹ ਲੈਣੀ ਆ, ਨਹੀਂ ਤੁਹਾਨੂੰ ਇੰਗਲਿਸ਼ ਦੇ ਬਾਰੇ ਜਿਹੜਾ ਪਤਾ ਲੱਗ ਰਿਹਾ ਤਾਂ ਉਹ ਕਰੋ। ਬਾਕੀ ਕਈ ਥਾਵਾਂ ਦੇ ਵਿੱਚ ਪੰਜਾਬੀ ਦੇ ਵਿੱਚ ਬੈਲਟ ਵੀ ਜਿਹੜੇ ਆ ਉਹ ਆ ਰਹੇ ਨੇ, ਬਹੁਤ ਹੀ ਜਲਦ ਜਿਹੜੇ ਉਹ ਵੀ ਜਿਹੜੇ ਆਉਣਗੇ। ਮੋਸਟ ਪ੍ਰੋਬਲੀ ਹਰਜੋਤ ਸਿੰਘ ਜੀ ਸ਼ਾਇਦ ਇਸ ਸਾਲ ਦੀਆਂ ਪ੍ਰੈਜ਼ੀਡੈਂਸ਼ੀਅਲ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਆਪਣੇ ਜਿਹੜੇ ਪੰਜਾਬੀ ਬੈਲਟ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਣਗੇ। ਉੱਦਾਂ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲ ਵੀ ਜਿਹੜੇ ਪੰਜਾਬੀ ਬੈਲਟ ਆ ਉਹ ਦੇਖਣ ਨੂੰ ਆਪਾਂ ਨੂੰ ਮਿਲੇ ਸੀ। ਸੋ ਕਈ ਥਾਵਾਂ ਦੇ ਉੱਤੇ ਆਲਰੇਡੀ ਜਿਹੜੇ ਆ ਉਹ ਹੋਣਗੇ। ਸੋ ਜ਼ਰੂਰ ਆਪੋ ਆਪਣੀ ਜਿਹੜੀ ਬੈਲਟ ਦੀ ਪ੍ਰੈਫਰੈਂਸ ਆ ਉਸ ਹਿਸਾਬ ਦੇ ਨਾਲ ਵੀ ਤੁਸੀਂ ਉਹਨਾਂ ਨੂੰ ਦੱਸ ਕੇ ਜਿਹੜੇ ਉਹ ਲੈ ਸਕਦੇ ਹੈਗੇ। ਸੋ ਜਾਂਦੇ ਜਾਂਦੇ ਰਾਜਕਰਮਵੀਰ ਸਿੰਘ ਜੀ, ਬਹੁਤ ਵਾਰ ਸਾਡੇ ਸਰੋਤੇ ਜਿਹੜੇ ਆ ਸਾਨੂੰ ਕਾਲਾਂ ਕਰਦੇ ਆ ਵੀ ਪ੍ਰੋਗਰਾਮ ਜ਼ਰੂਰ ਤੁਸੀਂ ਦੱਸ ਦਿਆ ਕਰੋ ਕਿ ਅੱਜ ਦੇ ਕੀ ਪ੍ਰੋਗਰਾਮ ਆ। ਸੋ ਹੁਣ ਤੋਂ ਬਾਅਦ ਗੁਰਬਾਣੀ ਪ੍ਰੋਗਰਾਮ, ਅਤੇ ਉਸ ਤੋਂ ਬਾਅਦ ਸੱਜਰੀ ਸਵੇਰ, ਅਤੇ ਉਸ ਤੋਂ ਬਾਅਦ ਫਿਰ ਦੁਪਹਿਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਜੀ, ਕੁਝ ਗੱਲਾਂ ਕੁਝ ਗੀਤ ਜਿਹੜਾ ਉਹ ਪ੍ਰੋਗਰਾਮ ਹੋਣਾ, ਜੇ ਫਿਰ ਨਜ਼ਰੀਆ ਪ੍ਰੋਗਰਾਮ, ਅਤੇ ਫਿਰ ਅੱਜ 4 ਵਜੇ ਜਿਹੜਾ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਉਹ ਹੋਵੇਗਾ ਜੀ। ਜੇ ਉਹ ਲਾਈਵ ਪ੍ਰੋਗਰਾਮ ਹੁੰਦਾ ਸਿਹਤ ਸੰਭਾਲ ਵਾਲਾ 4 ਤੋਂ 5:30, ਉਹਦੇ ਵਿੱਚ ਤੁਸੀਂ ਜਿਹੜੀਆਂ ਕਾਲਾਂ ਕਰ ਸਕਦੇ ਹੋ, ਕਿਉਂਕਿ ਕੀ ਹੁੰਦਾ ਕਈ ਵਾਰ ਸੰਡੇ ਨੂੰ ਉਹ ਰਿਪੀਟ ਹੁੰਦਾ, ਫਿਰ ਉਹ ਬਹੁਤ ਕਾਲਾਂ ਆਉਂਦੀਆਂ। ਸੋ ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਦੱਸ ਦਿਓ ਵੀ 4 ਤੋਂ 5:30 ਵਾਲਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਿਹਤ ਸੰਭਾਲ ਵਾਲਾ, ਉਹ ਲਾਈਵ ਪ੍ਰੋਗਰਾਮ ਹੁੰਦਾ ਅਤੇ ਉਹ 'ਚ ਕਾਲਾਂ ਲਈਆਂ ਜਾਂਦੀਆਂ ਜੀ। ਅਤੇ ਹੁਣ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਆ। ਮਿਲਦੇ ਹਾਂ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ ਤੱਕ ਲਈ। ਸਾਡੇ ਵੱਲੋਂ ਸਾਰਿਆਂ ਨੇ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US। ਸੁਣ ਰਹੇ ਹੋ KOBU ਯੂਨੀਵਰਸਿਟੀ 1450 AM KIID ਸੈਕਰਾਮੈਂਟੋ 1470 AM।